ਜੀ ਦੇਖ ਰਹੇ ਹੋ ਜੀ ਪ੍ਰਾਈਮੇਸ਼ੀਅਰ ਟੀਵੀ ਤੇ ਮੈਂ ਗੁਰਪ੍ਰੀਤ ਸਿੰਘ ਸੰਧਵਾਲੀਆ ਹਰ ਰੋਜ਼ ਦੀ ਤਰ੍ਹਾਂ ਤੁਹਾਡਾ ਇਸ ਪ੍ਰੋਗਰਾਮ ਪ੍ਰਾਈਮ ਫੋਕਸ ਤੇ ਸਵਾਗਤ ਕਰਦਾ ਹਾਂ ਗੱਲ ਇਹ ਆ ਕਿ ਵੀ ਜਿਵੇਂ ਜਿਵੇਂ ਹੁਣ ਦਿਨ ਲੰਘਣੇ ਆ ਉਦਾਂ ਉਦਾਂ ਯਰਾਨੇ ਕਈ ਥਾਵਾਂ ਤੋਂ ਟੁੱਟਣੇ ਆ ਤੇ ਕਈ ਥਾਵਾਂ ਤੇ ਲੱਗਣੇ ਆ ਹੁਣ ਵੋਟਾਂ ਦੀ ਕਾਹਲ ਦੇ ਵਿੱਚ ਕਈਆਂ ਨੂੰ ਟਿਕਟਾਂ ਦਾ ਪ੍ਰੇਮ ਜਾਗਣਾ ਤੇ ਕਈਆਂ ਨੂੰ ਟਿਕਟ ਨਾ ਮਿਲਣ ਕਰਕੇ ਉਹਨਾਂ ਨੇ ਇੱਧਰ ਉੱਧਰ ਝਾਕਣਾ ਇਹ ਸਾਰਾ ਕੁਝ ਅੱਜ ਵੀ ਹੈਗਾ ਉਹ ਸਾਰੇ ਕੁਝ ਦੀ ਗੱਲ ਕਰਨ ਤੋਂ ਪਹਿਲਾਂ ਆਪਾਂ ਪਰਮੇਰ ਬਾਠੋਲਣ ਨਾਲ ਜੋੜ ਲਈਏ ਕੀ ਹਾਲ ਨੇ ਬਾਠ ਸਾਹਿਬ ਚੜਦੀ ਕਲਾ ਸੰਧਾਲੀਆ ਸਭ ਸਤਿ ਸ੍ਰੀ ਅਕਾਲ ਜੀ ਤੁਸੀਂ ਸੁਣਾਓ ਹਾਲਚਲ ਕੀ ਨੇ ਹਾਲਚਲ ਬਹੁਤ ਵਧੀਆ ਮਹਾਰਾਜ ਸਾਸਰੀ ਕਾਲ ਹੈ ਗਰਮੀ ਤੁਸੀਂ ਵਧਾਈ ਜਾਨੇ ਆਂ ਉ ਤਾਂ ਚਲੋ ਖੈਰ ਚੰਗੀ ਆ ਜੇ ਮੌਸਮ ਐ ਤੀ ਥੋੜਾ ਖੁਸ਼ ਰਵੇ ਉਹ ਜਾਣੇ ਕੋ ਦਾਨੇ ਚਾਰ ਘਰੇ ਆ ਜਾਣਗੇ ਹੋਰ ਦੱਸੋ ਕੀ ਚਾਹੀਦਾ ਨਹੀਂ ਦਾਣੇ ਫੱਕੇ ਦੀ ਤਿਆਰੀ ਆ ਸੰਧਾਲੀਆ ਸਭ ਪਿੰਡਾਂ ਜੇ ਚੱਕਰ ਮਾਰੀਏ ਤਾਂ ਉਥੇ ਮੈਂ ਦੇਖਿਆ ਕਿ ਸਭ ਤੋਂ ਪਹਿਲੀ ਗੱਲ ਜਿਹੜੀ ਕਈ ਘਰਾਂ ਦੇ ਵਿੱਚ ਹੋ ਗਈ ਆ ਉਹ ਦਾਣੇ ਵਾਲੇ ਡਰਮ ਉਹਨਾਂ ਨੇ ਖਾਲੀ ਕਰ ਲਿਆ ਜਿਨ੍ਹਾਂ ਨੇ ਅਗੇਤੀ ਕਣਕ ਬੀਜੀ ਹੋਆ ਡਰਮ ਦੇ ਵਿੱਚ ਜੇ ਇੱਕ ਦੋ ਪੀਣ ਕਿਤੇ ਦਾਣਿਆਂ ਦੇ ਪਏ ਵੀ ਆ ਤਾਂ ਉਹ ਬਾਹਰ ਬੀਬੀਆਂ ਨੇ ਕੱਢ ਦਿੱਤੇ ਆ। ਉਹਨਾਂ ਨੂੰ ਬੂਰਿਆਂ 'ਚ ਪਾ ਲਿਆ। ਨਵੀਂ ਪੁਰਾਣੀ ਕਰਨ ਕੋ ਉਹਨਾਂ ਨੇ ਕਰਨੀ ਆ। ਇੱਕ ਦੋ ਥਾਮਾਂ ਦੇ ਉੱਤੇ ਡਰਮ ਜਿਹੜੇ ਆ ਉਹ ਘਰਾਂ ਦੇ ਵਿੱਚ ਮੈਂ ਟੇਡੇ ਜਿਹਾ ਹੋਏ ਵੇਖਿਆ ਤੇ ਉਹ ਧੁੱਪ ਤੋਂ ਪਲਵਾ ਰਹੀਆਂ ਨੇ ਬੀਬੀਆਂ ਉਹਨਾਂ ਨੂੰ ਤੇ ਨਿਆਣਿਆਂ ਦਾ ਕੰਮ ਇੱਕੋ ਹੀ ਹੁੰਦਾ ਕਿ ਡਰਮ ਦੇ ਉੱਤੇ ਚੜਕੇ ਤੇ ਉਹਨੂੰ ਕਦੇ ਐ ਨੂੰ ਲੈ ਜਾਣਾ ਤੇ ਕਦੇ ਉਧਰਲੇ ਪਾਸੇ ਨੂੰ ਇੱਕ ਪਾਸੇ ਪੈਰ ਲਾ ਲਿਆ ਦੂਜੇ ਪਾਸੇ ਪੈਰ ਲਾ ਲਿਆ ਤੇ ਦੂਸਰਾ ਸਾਨੂੰ ਤੁਹਾਨੂੰ ਜਿਹੜੇ ਸਿੱਧੇ ਤੌਰ ਦੇ ਉੱਤੇ ਖੇਤੀਬਾੜੀ ਨਹੀਂ ਕਰਦੇ ਉਹਨਾਂ ਲਈ ਤੇ ਇਹ ਗੱਲ ਹੈਗੀ ਆ ਕਿ ਭਾਈ ਬੜੀ ਗਰਮੀ ਹੋ ਗਈ ਆ ਦੁਪਹਿਰ ਬਹੁਤ ਤਿੱਖੀ ਹੋ ਜਾਂਦੀ ਆ 10 ਵਜੇ ਤੋਂ ਬਾਅਦ ਬਾਹਰ ਨੀਂਜੇ ਨਿਕਲਿਆ ਜਾਂਦਾ ਅਸੀਂ ਤੇ ਇਦਾਂ ਦੀਆਂ ਗੱਲਾਂ ਕਰ ਸਕਦੇ ਆ ਜਿਹੜੇ ਹੁਣ ਸਿੱਧੀ ਖੇਤੀ ਨਹੀਂ ਕਰਦੇ ਪਰ ਜਦੋਂ ਕਿਸੇ ਕਿਸਾਨ ਦੇ ਮੁੱਢ ਬੈਨਿਆਂ ਜਾ ਕੇ ਜਦੋਂ ਕਿਸੇ ਖੇਤ ਦੇ ਵਿੱਚ ਕੰਮ ਕਰਨ ਵਾਲੇ ਕਿਰਤੀ ਮਜ਼ਦੂਰ ਦੇ ਕੋਲ ਜਾ ਕੇ ਬੈਨਿਆਂ ਉਹ ਕਹਿੰਦੇ ਠੀਕ ਆ ਮੌਸਮ ਹੁਣ ਜਿਹੜਾ ਕਣਕ ਪੱਕੂਗੀ ਹੁਣ ਜਿਹੜਾ ਦਾਣੇ ਨੂੰ ਚਾਹੀਦੀ ਆ ਇੰਨੀ ਕੁ ਜਿਹੜੀ ਆ ਗਰਮੀ ਇੰਨੀ ਕੁ ਤਪਸ਼ ਦੀ ਲੋੜ ਆ ਸੋ ਬੱਖੋ ਬੱਕਰੀਆਂ ਬਣ ਗਈਆਂ ਨੇ ਜਿੱਦਾਂ ਦੇ ਮੌਸਮ ਦੀ ਲੋੜਾ ਮੈਨੂੰ ਲੱਗਦਾ ਕੁਦਰਤ ਨੇ ਉਦਾਂ ਦਾ ਮੌਸਮ ਦੇ ਦਿੱਤਾ ਆਖਿਰਕਾਰ ਚੰਗਾ ਚੰਗਾ ਮਹਾਰਾਜ ਚੰਗਾ ਜੀ ਮੌਸਮ ਇਦਾਂ ਰਵੇ ਤੇ ਵਧੀਆ ਬਾਕੀ ਇਸ ਮੌਸਮ ਦੇ ਨਾਲ ਨਾਲ ਜਿਹੜਾ ਚੋਣਾਂ ਵਾਲੀ ਮੌਸਮ ਆ ਉਹ ਵੀ ਵਾਵਾ ਗਰਮ ਹੋਇਆ ਫਿਰਦਾ ਕਿਉਂਕਿ ਹਰੇਕ ਲੀਡਰ ਐ ਇਸ ਵਕਤ ਪੱਪਾ ਪਾ ਰਿਆ ਜਿਹਨੂੰ ਤੇ ਟਿਕਟ ਮਿਲ ਗਈ ਆ ਉਹ ਆਂਦਾ ਵੀ ਵੀਰ ਮੇਰਿਆ ਬਸ ਹੌਲੀ ਹੌਲੀ ਸਰਗਰਮੀਆਂ ਜਾਂ ਕਰਕੇ 1 ਜੂਨ ਤੱਕ ਆਪਾਂ ਲੋਕ ਪੱਕੇ ਕਰ ਲਈਏ ਜਿਹੜੀਆਂ ਪਾਰਟੀਆਂ ਨੇ ਜੇ ਉਮੀਦਵਾਰ ਕਿਤੇ ਉਹ ਐਲਾਨਣਾ ਉੱਥੇ ਦੋ ਦੋ ਤਿੰਨ ਤਿੰਨ ਜਾਣੇ ਧਮਕੜੇ ਹੋਏ ਫਿਰਦੇ ਆ ਵੀ ਕਿਤੇ ਨਾ ਕਿਤੇ ਕੋਈ ਸफारਿਸ਼ ਪੈ ਕੇ ਗੱਲ ਬਣ ਜੇ ਜਿੱਥੋਂ ਜਾਬਦਾਰ ਨੂੰ ਵੀ ਹਾਂ ਗੱਲ ਬਣ ਜਾਣੀ ਜਿੱਤ ਜਾਣਾ हां ਜਿੱਥੋਂ ਕਿਤੋਂ ਜਾਵਦਾ ਵੀ ਗੱਲ ਬਣਣੀ ਨਹੀਂ ਤੇ ਉੱਥੋਂ ਪੈਰ ਖਿੱਚਣ ਵਾਲੇ ਵੀ ਬਥੇਰੇ ਉਹਨਾਂ ਦੇ ਵੀ ਕਮੀ ਕੋਈ ਨਹੀਂ ਵੀ ਯਾਰ ਕੇਵਲੇ ਹੁੰਦਾ ਨਾ ਵੀ ਮੰਨ ਲਓ ਮਾਸਟਰ ਨੇ ਕੰਮ ਦਿੱਤਾ ਹੋਵੇ ਤੇ ਅਗਲੇ ਦਿਨ ਨਿਆਣੇ ਜਦੋਂ ਹੁੰਦਾ ਵੀ ਯਾਰ ਉਹ ਤੇਰਾ ਭਲਾ ਯਾਰ ਇਹ ਸਵਾਲ ਪੁੱਛਣਾ ਲਵੇ ਤੇ ਉਹੀ ਨੀਵੀਂ ਜੀ ਪਾਈ ਜਾਂਦੇ ਆ ਬੈਂਚ ਤੇ ਆਏ ਜੇ ਕਰਕੇ ਨਾ ਵੀ ਯਾਰ ਮੈਂ ਨਾ ਦੱਸਾਂਗੇ ਤੇ ਇਹਨੂੰ ਉਹ ਕੰਮ ਹੀ ਐਸ ਵਕਤ ਕਈ ਪਾਰਟੀਆਂ ਜੈਗਾ ਵੀ ਜਿੱਥੇ ਉਹਨਾਂ ਜਾਵਦਾ ਵੀ ਗੱਲ ਬਣਣੀ ਨਹੀਂ ਤੇ ਉਹ ਕਹਿੰਦਾ ਯਾਰ ਐਵੇਂ ਖਰਚ ਵੀ ਹੋਊ ਬੇਜਤੀ ਵੀ ਕਰਾਵਾਂਗਾ ਉਹਨੂੰ ਚੰਗਾ ਵੀ ਨਾ ਹੀ ਟਿਕਟ ਮਿਲੇ ਯਾਰ ਆਪਾਂ ਇਲੈਕਸ਼ਨ ਲੜ ਕੇ ਕਰਨਾ ਕੀ ਸੋ ਸਾਰੀ ਤਰ੍ਹਾਂ ਦਾ ਪੰਜਾਬੋਂ ਬਾਹਰ ਵੀ ਹੈਗਾ ਹੁਣ ਜੇ ਆਪਾਂ ਪੰਜਾਬ ਵਾਲੇ ਪਾਸੇ ਸ਼ੁਰੂ ਕਰ ਲਈਏ ਟਿਕਟਾਂ ਦੀ ਵੰਡਵੰਡ ਦਾ ਚੱਕਰ ਤੇ ਤੁਸੀਂ ਵਾ ਵਾਦਨ ਹੋ ਗਏ ਟਿਕਟਾਂ ਵੰਡਣ ਦੀ ਤਿਆਰੀ ਕਰੀ ਬੈਠੇ ਵੀ ਕਾਂਗਰਸ ਵਾਲਿਆਂ ਲੈ ਵੀ ਐਲਾਨ ਕੀਤਾ ਲੈ ਉਹਨਾਂ ਦਾ ਐਲਾਨ پتہ ਨਹੀਂ ਕਿੱਥੇ ਫਸਿਆ ਜਿਹੜਾ ਇਹ ਤੱਕ ਹੋ ਨਹੀਂ ਰਿਹਾ ਯਾਰ ਸੰਧਾਲੀਆ ਸਭ ਗੱਲ ਤੁਹਾਡੀ ਠੀਕ ਹੈ ਕਈਆਂ ਨੇ ਪ੍ਰਚਾਰ ਸ਼ੁਰੂ ਕਰ ਦਿੱਤਾ ਆਪਾਂ ਜੇ ਦੋ ਚਾਰ ਲੀਡਰ ਜਿਹੜੇ ਮੋٹے-ਮੋٹے ਦੇਖਣੇ ਹੋਣ ਤਾਂ ਬੀਬੀ ਪ੍ਰਨੀਤ ਕੌਰ ਹੋਰੀ ਆਪਣੇ ਹਲਕੇ 'ਚ ਵਿਚਰ ਰਹੇ ਆ ਤਰਨਜੀਤ ਸਿੰਘ ਸੰਧੂ ਹੋਰੀ ਭਾਜਪਾ ਦੇ ਅੰਮ੍ਰਿਤਸਰੋਂ ਉਮੀਦਵਾਰ ਨੇ ਹਲਕੇ 'ਚ ਵਿਚਰ ਰਹੇ ਆ ਹੰਸਰਾ ਜਹਾਂਸੂਰਾ ਨੇ ਫਰੀਦਕੋਟ ਤੋਂ ਪ੍ਰਚਾਰ ਜਿਹੜਾ ਉਹ ਸ਼ੁਰੂ ਕਰ ਦਿੱਤਾ ਹਾਲਾਂਕਿ ਇਹਨਾਂ ਸਾਰਿਆਂ ਦਾ ਕੁਝ ਥਾਵਾਂ ਦੇ ਉੱਤੇ ਕਿਸਾਨਾਂ ਨੇ ਕਾਲੀਆਂ ਝੰਡੀਆਂ ਲੈ ਕੇ ਵਿਰੋਧ ਕੀਤਾ ਉਧਰ ਦੂਸਰੇ ਪਾਸੇ ਸੁਸ਼ੀਲ ਰੈਂਕੂ ਵੀ ਚੋਣ ਪ੍ਰਚਾਰ ਸ਼ੁਰੂ ਕਰ ਚੁੱਕੇ ਆਂ ਇਧਰਲੇ ਪਾਸੇ ਆਮ ਆਦਮੀ ਪਾਰਟੀ ਦੇ ਡਾਕਟਰ ਰਾਜਕਮਰ ਚੱਬੇਵਾਲ ਹੋਰੀ ਉਹਨਾਂ ਉਹ ਵੀ ਮੈਦਾਨ 'ਚ ਨੇ ਮਲਵਿੰਦਰ ਸਿੰਘ ਕੰਗੂਰਾਂ ਨੂੰ ਅਜੇ ਹੁਣੇ-ਹੁਣੇ ਟਿਕ ਦਿੱਤੀ ਆਂ ਸ਼੍ਰੀ ਅਨੰਦਪੁਰ ਸਾਹਿਬ ਤੋਂ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਮੱਥਾ ਟੇਕ ਕੇ ਤੇ ਇੱਕ ਰੋਡ ਸ਼ੋਅ ਕਰਕੇ ਮਲਵਿੰਦਰ ਸਿੰਘ ਕੰਗਹੂਰੀ 20 ਮੈਦਾਨ ਦੇ ਵਿੱਚ ਜਿਹੜਾ ਉਹ ਆ ਗਏ ਆ ਇਹਦੇ ਤੋਂ ਇਲਾਵਾ ਸਰਦਾਰ ਸਿਮਰਨਜੀਤ ਸਿੰਘ ਮਾਨ ਚਰੋਕਣੀ ਆਪਣੀ ਚੋਣ ਮਹੀਮਾ ਸ਼ੁਰੂ ਕਰ ਚੁੱਕੇ ਆ ਤੇ ਹੋਰ ਵੀ ਕਈ ਨੇਤਾ ਆਪਾਂ ਜੇ ਗੁਰਮੀਤ ਸਿੰਘ ਮੀਥੇਰ ਹੋਰਾਂ ਦੀ ਗੱਲ ਕਰੀਏ ਜਾਂ ਉਧਰਲੇ ਪਾਸੇ ਕੁਲਦੀਪ ਸਿੰਘ ਢਾਲੀਆਲ ਸਾਹਿਬ ਦਾ ਜ਼ਿਕਰ ਕਰ ਲਈਏ ਜਾਂ ਲਾਲਜੀਤ ਸਿੰਘ ਭੁੱਲਰ ਹੋਰਾਂ ਦਾ ਜ਼ਿਕਰ ਕਰਨਾ ਹੋਵੇ ਇਹ ਸਾਰੇ ਕੈਂਡੀਡੇਟ ਉਹ ਨੇ ਜਿਨ੍ਹਾਂ ਦੇ ਨਾਵਾਂ ਦੀ ਅਨਾਉਂਸਮੈਂਟ ਹੋ ਚੁੱਕੀ ਹੈ ਜਿਹੜੇ ਮੈਦਾਨ ਦੇ ਵਿੱਚ ਆ ਚੁੱਕੇ ਨੇ ਹੁਣ ਕਾਂਗਰਸ ਪਾਰਟੀ ਦਾ ਜੇ ਕੋਈ ਵੀ ਬੰਦਾ ਕਲੀਅਰ ਨਹੀਂ ਤੇ ਬਹੁਤ ਵੱਡਾ ਆਪਣੇ ਆਪ ਦੇ ਵਿੱਚ ਸਵਾਲ ਪੈਦਾ ਹੁੰਦਾ ਕਿ ਭਾਈ ਕਿਉਂ ਨਹੀਂ ਆਖਰਕਾਰ ਟਿਕਟਾਂ ਕਿਉਂ ਨਹੀਂ ਦਿੱਤੀਆਂ ਜਾ ਰਹੀਆਂ ਖਾਸ ਤੌਰ ਦੇ ਉੱਤੇ ਉਹ ਪਾਰਟੀ ਜਿਹਦੇ ਸਭ ਤੋਂ ਵੱਧ ਸਿਟਿੰਗ ਐਮਪੀ ਨੇ ਪੰਜਾਬ ਦੇ ਵਿੱਚ ਕਿਉਂਕਿ ਜਿਹੜਾ ਬੰਦਾ ਸਿਟਿੰਗ ਐਮਪੀ ਹੋਵੇ ਸੰਧਾਲੀਆ ਸਭ ਉਹਦੀ ਤਾਂ ਖਾਸ ਤੌਰ ਦੇ ਉੱਤੇ ਉਮੀਦ ਹੁੰਦੀ ਨਾ ਕਿ ਭਾਈ ਉਹਨੂੰ ਤਾਂ ਟਿਕਟ ਮਿਲੀ ਹੀ ਜਾਣੀ ਹੈ ਉਹ ਬੰਦਾ ਤਾਂ ਜਿੱਤਿਆ ਹੋਇਆ ਐਮਪੀ ਹੈ ਪਰ ਇਹਦੇ باوجود ਵੀ ਕਾਂਗਰਸ ਪਾਰਟੀ ਦੀਆਂ ਟਿਕਟਾਂ ਦਾ ਐਲਾਨ ਨਾ ਹੋਣਾ ਉਹਦੇ ਪਿੱਛੇ ਸਭ ਤੋਂ ਵੱਡਾ ਕਾਰਨ ਇਹ ਮੰਨਿਆ ਜਾ ਰਿਹਾ ਕਿ ਚਾਹੇ ਕਿਸੇ ਹਲਕੇ ਤੋਂ ਕਾਂਗਰਸ ਪਾਰਟੀ ਦਾ ਮੌਜੂਦਾ ਐਮਪੀ ਹੈ ਚਾਹੇ ਕਾਂਗਰਸ ਪਾਰਟੀ ਪਿਛਲੀ ਵਾਰੀ ਕਿਸੇ ਹਲਕੇ ਤੋਂ ਹਾਰੀ ਸੀ ਘੱਟ ਤੋਂ ਘੱਟ ਦੋ ਤੇ ਵੱਧ ਤੋਂ ਵੱਧ ਤਿੰਨ ਦਾਵੇਦਾਰ ਕਾਂਗਰਸ ਪਾਰਟੀ ਦੇ ਇੱਕ ਦੂਜੇ ਦੇ ਨਾਲ ਸਿਆਸੀ ਤੌਰ ਦੇ ਉੱਤੇ ਦਸਤਪੰਝਾ ਲੈ ਰਹੇ ਆ ਆਪਾਂ ਦੋ ਹਿੱਸਿਆਂ ਦੇ ਵਿੱਚ ਵੰਡ ਕੇ ਗੱਲ ਕਰ ਲੈਂਦੇ ਆ ਕਿ ਆਖਰਕਾਰ ਟਿਕਟਾਂ ਅਨਾਉਂਸ ਕਿਉਂ ਨਹੀਂ ਹੋ ਰਹੀਆਂ ਜਿਨ੍ਹਾਂ ਹਲਕਿਆਂ ਦੇ ਵਿੱਚੋਂ ਤਿੰਨ ਤਿੰਨ ਦਾਵੇਦਾਰ ਨੇ ਆਪਾਂ ਉਹਨਾਂ ਹਲਕਿਆਂ ਦਾ ਜ਼ਿਕਰ ਕਰੀਏ ਖਡੂਰ ਸਾਹਿਬ ਤੋਂ ਸ਼ੁਰੂ ਕਰਦੇ ਆਂ ਖਡੂਰ ਸਾਹਿਬ ਦੇ ਵਿੱਚੋਂ ਪਿਛਲੀ ਵਾਰ 2019 ਦੇ ਵਿੱਚ ਕਾਂਗਰਸ ਪਾਰਟੀ ਨੇ ਟਿਕਟ ਦਿੱਤੀ ਸੀ ਜਸਵੀਰ ਸਿੰਘ ਡਿੰਪਾ ਨੂੰ ਉਹਨਾਂ ਨੇ ਬੀਬੀ ਜਗੀਰ ਕੌਰ ਤੇ ਪਰਮਜੀਤ ਕੌਰ ਖਾਰੜਾ ਨੂੰ ਹਰਾਇਆ ਤੇ ਐਮਪੀ ਬਣ ਗਏ ਐਤਕੀ ਜਸਵੀਰ ਸਿੰਘ ਡਿੰਪਾ ਨੇ ਤਾਂ ਟਿਕਟ ਮੰਗਣੀ ਆਗਲਾ ਭਾਈ ਸਿਟਿੰਗ ਐਮਪੀ ਅਗਲੇ ਦਾ ਹੱਕ ਬਣਦਾ ਪਰ ਇਹਦੇ ਨਾਲ ਨਾਲ ਕਾਂਗਰਸ ਪਾਰਟੀ ਵੱਲੋਂ ਰਾਣਾ ਗੁਰਜੀਤ ਸਿੰਘ ਜਿਹੜੇ ਕਦੇ ਇਸੇ ਹਲਕੇ ਤੋਂ ਚੋਣ ਲੜ ਚੁੱਕੇ ਆ ਕਾਂਗਰਸ ਪਾਰਟੀ ਵੱਲੋਂ ਉਹਨਾਂ ਦਾ ਨਾਮ ਵੀ ਚੱਲਦਾ ਹੈ ਕਿ ਉਹ ਵੀ ਦਾਵੇਦਾਰ ਨੇ ਵਿੱਚੇ ਹੀ ਸਾਬਕਾ ਐਮਐਲਏ ਹਰਮਿੰਦਰ ਸਿੰਘ ਗਿੱਲ ਜਿਨ੍ਹਾਂ ਦਾ ਕਦੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਨਾਲ ਡੂੰਘਾ ਸਬੰਧ ਹੁੰਦਾ ਸੀ ਕਦੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਉਹ ਬਹੁਤ ਨੇੜੇ ਹੁੰਦੇ ਸੀ ਕੈਪਟਨ ਸਾਹਿਬ ਤਾਂ ਅੱਜਕੱਲ ਬੀਜੇਪੀ ਦੇ ਵਿੱਚ ਚਲੇ ਗਏ ਹਰਮਿੰਦਰ ਸਿੰਘ ਗਿੱਲ ਹੋਰੀਬੀਅਤ ਕੀ ਖਡੂਰ ਸਾਹਿਬ ਤੋਂ ਦਾਵੇਦਾਰ ਨੇ ਸੋ ਗਿੱਲ ਰਾਣਾ ਤੇ ਡਿੰਪਾ ਇਹਨਾਂ ਤਿੰਨਾਂ ਦੇ ਵਿੱਚੋਂ ਟਿਕਟ ਦਾ ਜਿਹੜਾ ਮੈਚ ਫਸਿਆ ਇਸ ਕਰਕੇ ਇਸ ਹਲਕੇ ਦੀ ਉਮੀਦਵਾਰ ਦੀ ਅਨਾਉਂਸਮੈਂਟ ਦੇ ਵਿੱਚ ਵੀ ਦੇਰੀ ਹੈ ਜੇ ਆਪਾਂ ਸੰਗਰੂਰ ਵਾਲੇ ਪਾਸੇ ਚਲੇ ਜਾਈਏ ਉਹ ਹਲਕੇ ਤੋਂ ਵੀ ਜੇ ਆਪਾਂ ਦੇਖੀਏ ਤਾਂ ਇੱਕ ਪਾਸੇ ਸਿੱਧੇ ਤੌਰ ਦੇ ਉੱਤੇ ਦਾਵੇਦਾਰੀ ਵਿਜੇਂਦਰ ਸਿੰਘਲਾ ਸਾਹਿਬ ਦੀ ਤਾਂ ਹੈਗੀ ਆ ਇੱਥੋਂ ਐਮਪੀ ਰਹੇ ਨੇ ਤੇ ਦੂਜੇ ਪਾਸੇ ਬੀਬੀ ਸਿਮਰਤ ਖੰਘੂੜਾ ਜਿਹੜੇ ਨੇ ਉਹ ਵੀ ਇਸ ਵੇਲੇ ਟਿਕਟ ਮੰਗ ਰਹੇ ਨੇ ਕਿ ਭਾਈ ਮੈਂ ਵੀ ਸਰਗਰਮੀ ਬਹੁਤ ਕੀਤੀ ਹੈ ਤੇ ਸਾਡਾ ਪਰਿਵਾਰ ਤਾਂ ਇਸ ਲੋਕ ਸਭਾ ਹਲਕੇ ਤੇ ਇੱਕ ਹਲਕੇ ਤੋਂ ਐਮਐਲਏ ਵੀ ਰਿਹਾ ਦਲਬੀਰ ਗੋਲਡੀ ਦੇ ਰੂਪ ਦੇ ਵਿੱਚ ਇਸ ਕਰਕੇ ਬੀਬੀ ਸਿਮਰਤ ਖੰਘੂੜਾ ਦਾਵੇਦਾਰ ਨੇ ਤੀਸਰਾ ਨਾ ਸਰਦਾਰ ਸੁਖਪਾਲ ਸਿੰਘ ਖੈਰਾ ਸਾਹਿਬ ਦਾ ਵੀ ਚੱਲਦਾ ਹੈ ਟਿਕਟ ਦੇ ਦਾਵੇਦਾਰ ਉਹ ਵੀ ਨੇ ਕਿ ਪਾਈ ਟਿਕਟ ਆਪਾਂ ਨੂੰ ਦੇ ਦਿਓ ਜੇ ਜਲੰਧਰ ਵਾਲੇ ਪਾਸੇ ਆ ਜੀਏ ਇਹ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬੀਬੀ ਕਰਮਜੀਤ ਕੌਰ ਚੌਧਰੀ ਤੇ ਮਹਿੰਦਰ ਸਿੰਘ ਕੇਪੀ ਤਿੰਨ ਬੰਦੇ ਉਧਰਲੇ ਪਾਸੇ ਵੀ ਦਾਵੇਦਾਰ ਹੈਗੇ ਆ ਹੋਰ ਵੀ ਕਈ ਹਲਕੇ ਨੇ ਜਿਹਨਾਂ ਹਲਕਿਆਂ ਤੋਂ ਦੋ ਤੋਂ ਵੱਧ ਕਾਂਗਰਸੀ ਲੀਡਰਾਂ ਦੇ ਦਾਵੇਦਾਰ ਦੇ ਹੋਣ ਦੇ ਕਰਕੇ ਉਥੋਂ ਦੀ ਟਿਕਟ ਦੀ ਅਨਾਉਂਸਮੈਂਟ ਜਿਹੜੀ ਆ ਪੂਰੀ ਤਰ੍ਹਾਂ ਰੁਕੀ ਪਈ ਹੈ ਹੂੰ ਇਹ ਗੱਲ ਠੀਕ ਹੈ ਤੁਹਾਡੀ ਦੇਖੋ ਦਾਵੇਦਾਰੀਆਂ ਦੇ ਵਿੱਚ ਇਹ ਗੱਲ ਇਹ ਆ ਵੀ ਜਿੰਨਾ ਹਲਕਿਆਂ ਦੇ ਵਿੱਚ ਅਜੇ ਬਾਕੀ ਪਾਰਟੀਆਂ ਨੇ ਉਮੀਦਵਾਰ ਨਹੀਂ ਐਲਾਨੇ ਨਾ ਉੱਥੋਂ ਕਾਂਗਰਸ ਨੂੰ ਥੋੜਾ ਜਿਹਾ ਜ਼ਿਆਦਾ ਔਖ ਇਸ ਕਰਕੇ ਵੀ ਆ ਵੀ ਯਾਰ ਜੇ ਮਤਲਬ ਦੋਆਂ ਚੋਂ ਜਾਂ ਤਿੰਨਾਂ ਚੋਂ ਇੱਕ ਚੁਣ ਲਿਆ ਤੇ ਦੂਸਰਾ ਕਿਤੇ ਪਲਾਕੀ ਨਾ ਮਰ ਜੇ ਦੂਜੀ ਗੱਲ ਜਿਹੜੀ ਮਤਲਬ ਉਹਦਾ ਚਰਚਾ ਵਾਲੀ ਹੈ ਜਿਹਦੇ ਚੋਂ ਮੈਂ ਰਾਜਾ ਵੜਿੰਗਰਾਂ ਦੀ ਵੀ ਇੱਕ ਗੱਲ ਸੁਣ ਰਿਹਾ ਸੀ ਖਾਸ ਕਰਕੇ ਜਦੋਂ ਇੱਧਰ ਸੁਖਪਾਲ ਸਿੰਘ ਖੈਰਾ ਸਾਹਿਬ ਵਾਲੇ ਪਾਸੇ ਦੀ ਚਰਚਾ ਚੱਲੀ ਵੀ ਹਾਂ ਜੀ ਉਹ ਕਿੱਥੋਂ ਉਮੀਦਵਾਰ ਹੋ ਸਕਦੇ ਜੀ ਕਿੱਦਾਂ ਗੱਲ ਚੱਲ ਸਕਦੀ ਉਹ ਕਦੇ ਦੇਖੋ ਸਰਗਰਮੀਆਂ ਸਾਰੇ ਲੀਡਰਾਂ ਨੂੰ ਕਰਨੀਆਂ ਚਾਹੀਦੀਆਂ ਕਿਉਂਕਿ ਸਰਗਰਮੀ ਕਰਨ ਦੇ ਨਾਲ ਤੇ ਕਿਤੇ ਨਾ ਕਿਤੇ ਕਾਂਗਰਸ ਮਜ਼ਬੂਤ ਹੋਊਗੀ ਲੋਕਾਂ 'ਚ ਗੱਲ ਜਾਊਗੀ ਉਹ ਜਾਣੇ ਵਰਕਰ ਸਰਗਰਮ ਹੋਣਗੇ ਤੇ ਸਾਨੂੰ ਵੋਟਾਂ ਆचार ਪੈਣਗੀਆਂ ਪਰ ਜਿਹੜੀ ਕਹਿੰਦੇ ਵੀ ਮੋਹਰ ਲੱਗਣੀ ਆ ਨਾ ਉਹ ਮੋਹਰ ਲਾਉਣੀ ਆ ਹਾਈ ਕਮਾਂਡ ਨੇ ਜੇ ਮੈਂ ਤੁਹਾਨੂੰ ਆਖਾਂ ਵੀ ਮੈਂ ਜਾਂ ਰਾਜੀ ਵੜਿੰਗ ਨੇ ਜਾਂ ਇੱਥੋਂ ਪੰਜਾਬ ਦੀ ਕਿਸੇ ਹੋਰ ਲੀਡਰ ਨੇ ਕਿਸੇ ਮੋਹਰ ਲਾਦਣੀ ਇੱਥੋਂ ਨਹੀਂ ਲੱਗਣੀ ਇਹ ਅਸੀਂ ਮੋਹਰ ਉੱਪਰੋਂ ਲਵਾਉਣੀ ਆ ਤੇ ਉੱਪਰ ਵਾਲੀ ਮੋਹਰ ਅਸੀਂ ਉਡੀਕਦੇ ਆ ਬਈ ਤੇ ਗੱਲ ਕਿਸੇ ਨੇ ਪੁੱਛ ਲਈ ਵੀ ਵੜਿੰਗ ਸਾਹਿਬ ਤੁਹਾਡੇ ਵੀ ਪਰਿਵਾਰ 'ਚ ਉਹ ਕਹਿੰਦੇ ਕੋ ਗੱਲ ਨਹੀਂ ਜੇ ਮੰਨ ਲਓ ਪਾਰਟੀ ਨੇ ਕਿਤੇ ਡਿਊਟੀ ਲਾਤੀ ਤੇ ਆਪਾਂ ਕਿਤੇ ਪਿੱਛੇ ਥੋੜਾ ਹਟਣ ਲੱਗੇ ਹੁਣ ਇਹ ਸਟੇਟਮੈਂਟ ਨੂੰ ਦੋ ਤਰੀਕਿਆਂ ਨਾਲ ਵੇਖਿਆ ਜਾ ਸਕਦਾ ਹੁੰਦਾ ਵੀ ਬੰਦਾ ਚਾਹਵਾਨ ਵੀ ਹੁੰਦਾ ਮਲੇ ਇੱਛਾ ਵੀ ਉਹਨੇ ਜ਼ਾਹਰ ਕਰਤੀ ਵੀ ਹਾਂ ਯਾਰ ਕੈਂਡੀਡੇਟ ਤੇ ਆਪਾਂ ਵੀ ਹੈਗੇ ਆ ਤੇ ਬੰਦਾ ਇਹ ਵੀ ਕਹਿ ਦਿੰਦਾ ਵੀ ਹਾਂ ਯਾਰ ਜੇ ਮੰਨ ਲਓ ਹਣ ਡਿਊਟੀ ਲੱਗੀ ਤੇ ਫਿਰ ਹੁਣ ਪ੍ਰਧਾਨ ਆ ਤੇ ਜੇ ਮੰਨ ਲਓ ਲੀਡਰ ਨੇ ਹੀ ਪੈਰ ਨਹੀਂ ਲਾਉਣੇ ਤੇ ਫਿਰ ਹੋਰ ਕਿਹਨੇ ਲਾਉਣੇ ਆ ਸੋ ਇੱਕ ਗੱਲ ਤੇ ਹੈਗੀ ਆ ਵੀ ਇਹ ਇਸ ਵਕਤ ਜਿਹੜਾ ਸਿਨੈਰੀਓ ਆ ਉਦੇ ਚ ਕਾਂਗਰਸ ਪਾਰਟੀ ਦੀ ਲਿਸਟ ਜਿਹੜੀ ਕਿ ਉਹਨਾਂ ਦੇ ਮੁਤਾਬਕ ਰਾਜਵੜਿਆਂਗਰਾਂ ਦੇ ਮੁਤਾਬਕ ਅਗਲੇ ਹਫਤੇ ਆਉਣ ਦੀ ਅਸਾਰ ਹੈ ਜਾਂ ਉਹਨਾਂ ਨੂੰ ਲੱਗਦਾ ਵੀ ਸ਼ਾਇਦ ਆਜੂਗੀ ਉਹਦੇ ਤੋਂ ਜ਼ਿਆਦਾ ਇਹ ਆ ਵੀ ਬਹੁਤ ਜ਼ਿਆਦਾ ਜੋੜ ਤੋੜ ਜਮ੍ਹਾਂ ਘਟਾਓ ਕਾਂਗਰਸ ਪਾਰਟੀ ਐ ਇਸ ਵਕਤ ਕਰਦੀ ਪਈ ਆ ਵੀ ਜਿੱਦਾਂ ਉਹਨਾਂ ਨੇ ਪਟਿਆਲਿਆਂ ਡਾਕਟਰ ਗਾਂਧੀ ਹਰਾਂ ਨੂੰ ਲੈ ਆਂਦਾ ਈਵਨ ਇਹ ਵੀ ਇਸ਼ਾਰਾ ਉਹਨਾਂ ਨੇ ਕਰ ਦਿੱਤਾ ਉਹ ਕਹਿੰਦੇ ਇੱਕ ਅੱਧੇ ਬੰਦੇ ਦੇ ਪਾਰਟੀ ਚ ਆਉਣ ਦੀ ਚਰਚਾ ਨਹੀਂ ਆ ਪਾਰਟੀ ਚ ਕਈ ਬੰਦਿਆਂ ਦੇ ਆਉਣ ਦੀ ਚਰਚਾ ਚੱਲਦੀ ਹੁਣ ਜੇ ਪਾਰਟੀ ਚ ਬੰਦੇ ਜੇ ਲਿਆਉਣ ਦੀ ਚਰਚਾ ਵੀ ਚੱਲਦੀ ਕਿਉਂਕਿ ਪਿਛਲੇ ਦਿਨੀ ਲੁਧਿਆਣੇ ਤੋਂ ਸਿਮਰਜੀਤ ਬੈਂਸ ਹੋਰਾਂ ਦੀ ਚਰਚਾ ਚੱਲਦੀ ਸੀ ਨਾ ਵੀ ਉਹ ਕਾਂਗਰਸ ਪਾਰਟੀ ਜਾ ਸਕਦੇ ਮਨਾ ਨਹੀਂ ਉਹਨਾਂ ਕੀਤਾ ਹਾਂ ਇਹ ਜ਼ਰੂਰ ਕਿਹਾ ਵੀ ਹਾਂ ਉਹ ਲੋਕ ਚੰਗੇ ਲੋਕ ਜਿਨ੍ਹਾਂ ਦੇ ਮਗਰ VOTER ਨੇ ਜਾਂ ਵਰਕਰ ਨੇ ਜਾਂ ਜਿਨ੍ਹਾਂ ਨੂੰ ਲੋਕ ਪਸੰਦ ਕਰਦੇ ਨੇ ਉਹਨਾਂ ਦਾ ਪਾਰਟੀ ਸਵਾਗਤ ਹੈ ਤੇ ਇਸ਼ਾਰਾ ਹੀ ਹੁੰਦਾ ਹੋਰ ਦੱਸੋ ਕੀ ਹੈ ਇਹ ਮੈਨੂੰ ਲੱਗਦਾ ਵੀ ਜਿਹੜੀ ਜਮਾ ਘਟਾਓ ਇਸ ਵਕਤ ਚੱਲਦੀ ਪਈ ਆ ਵੀ ਜ਼ਰੂਰੀ ਨਹੀਂ ਆ ਵੀ ਆਪਣੇ ਜਿਹੜੇ ਲੀਡਰ ਨੇ ਤੇ ਉਹ ਆਪਸ ਵਿੱਚ ਸਿੰਘ ਵਸਾਈ ਬੈਠੇ ਵੀ ਸਾਨੂੰ ਟਿਕਟ ਚਾਹੀਦੀ ਸਾਨੂੰ ਟਿਕਟ ਚਾਹੀਦੀ ਉਹਦੇ ਚੋਂ ਕਿਸੇ ਨਾ ਕਿਸ ਨੂੰ ਆਪਾਂ ਟਿਕਟ ਦੇਣੀ ਆ ਜੇ ਕੋਈ ਹੋਰ ਵੀ ਮੰਨ ਲੋ ਉਹਨਾਂ ਨੂੰ ਲੱਗਦਾ ਵੀ ਹਾਂ ਫਲਾਨਾ ਬੰਦਾ ਇੱਥੋਂ ਯਾਰ ਥੋੜਾ ਮਜ਼ਬੂਤ ਕੈਂਡੀਡੇਟ ਹੋ ਸਕਦਾ ਤੇ ਕਿਉਂ ਨਾ ਆਪਾਂ ਉਹਨੂੰ ਪਾਰਟੀ ਚ ਸ਼ਾਮਲ ਕਰਾ ਕੇ ਟਿਕਟ ਦੇ ਦਈਏ ਮੈਨੂੰ ਲੱਗਦਾ ਵੀ ਕਾਂਗਰਸ ਪਾਰਟੀ ਦੀ ਇਹ ਵਾਲੀ ਜਿਹੜੀ ਰਣਨੀਤੀ ਆ ਉਹ ਵੀ ਨਾਲ ਨਾਲ ਕੰਮ ਕਰਦੀ ਵੀ ਇਹ ਬਾਅਦ ਕਿ ਹੁਣ ਇਹ ਰਣਨੀਤੀ ਕਿੰਨਾ ਕਿੱਥੇ ਕਾਮਯਾਬ ਹੁੰਦੀ ਆ ਨਹੀਂ ਹੁੰਦੀ ਸਮੇਂ ਦੇ ਵਿੱਚ ਪਤਾ ਲੱਗਣਾ ਪਰ ਇੱਕ ਗੱਲ ਠੀਕ ਹੈ WhatsApp ਜਿਹੜਾ ਤੁਸੀਂ ਇਸ਼ਾਰਾ ਕੀਤਾ ਵੀ ਮਹਾਰਾਜ ਦਾਵੇਦਾਰੀਆਂ ਹੈਗੀਆਂ ਉਹਦੇ ਦਾਵੇਦਾਰੀਆਂ ਦੇ ਨਾਲ ਸਰਗਰਮੀ ਵੀ ਪੂਰੀ ਆ ਤੇ ਜੇ ਦਾਵੇਦਾਰੀਆਂ ਸਰਗਰਮੀਆਂ ਮੰਨ ਲਓ ਇਸੇ ਤਰ੍ਹਾਂ ਚਲਦੀਆਂ ਰਹਿੰਦੀਆਂ ਤੇ ਫਿਰ ਹੋ ਸਕਦਾ ਵੀ ਕਾਂਗਰਸ ਪਾਰਟੀ ਟੱਕਰ ਦੇਣ ਚ ਕਾਮਯਾਬ ਹੋ ਜਵੇ ਅੱਧੀ ਰਾਤ ਨੂੰ ਮੇਰੇ ਖਾਲ ਗੱਡੀ ਚੋਂ ਇੱਕ ਵੀਡੀਓ ਜਾਰੀ ਕੀਤੀ ਸੀ ਰਾਹੁਲ ਗਾਂਧੀ ਹਰਣੇਸੇ ਕਰਕੇ ਉਹ ਕਹਿੰਦੇ ਮੇਰੀ ਟੀਮ ਨੇ ਮੈਨੂੰ ਕਿਹਾ ਵੀ ਬਹੁਤ ਜ਼ਰੂਰੀ ਹੈ ਇੱਕ ਵੀਡੀਓ ਤੁਸੀਂ ਇਸ ਵਕਤ ਪਾਉਣੀ ਹੈ ਇਹਦੇ ਤੁਸੀਂ ਬੜੇ ਕੌਨਫੀਡੈਂਟ ਨਾਲ ਕੌਨਫੀਡੈਂਸ ਨਾਲ ਬੋਲਣਾ ਤੁਸੀਂ ਬੜੇ ਐਨਰਜੈਟਿਕ ਨਜ਼ਰ ਆਉਣੇ ਚਾਹੀਦੇ ਆ ਤੇ ਉਹ ਕਹਿੰਦੇ ਰਾਤ ਨੂੰ 12:30 ਵਜੇ ਸਫਰ ਕਰਕੇ ਹੁਣ ਮੈਂ ਜਿੰਨਾ ਕਿ ਐਨਰਜੈਟਿਕ ਹੈਗਾ ਮੈਂ ਤੁਹਾਡੇ ਨਾਲ ਗੱਲ ਕਰਨ ਲੱਗਾ ਵੀ ਮੈਨੀਫੈਸਟੋ ਅਸੀਂ ਭਾਈ ਸਾਹਿਬ ਤੁਹਾਨੂੰ ਪੁੱਛ ਕੇ ਚਕੇ ਤੇ ਉਹ ਜਾਰੀ ਕਰਤਾ ਤੁਹਾਨੂੰ ਚੰਗਾ ਲੱਗਾ ਮਾੜਾ ਲੱਗਾ ਜੋ ਵੀ ਹੈ ਉਹਦੇ ਸੁਝਾਅ ਕਮੈਂਟ ਈਮੇਲ ਕਰਕੇ ਤੇ ਪਹਚਾਓ ਜ਼ਰੂਰ ਮੇਰੇ ਤੱਕ ਮੈਨੂੰ ਲੱਗਦਾ ਇਹ ਜਿਹੜਾ ਇਸ ਲੈਵਲ ਦਾ ਕਨੈਕਸ਼ਨ ਕੋਈ ਪਿਛਲੀਆਂ ਆਪਣੀਆਂ ਦੋ ਯਾਤਰਾਵਾਂ ਤੋਂ ਬਾਅਦ ਜਿੱਦਾਂ ਰਾਹੁਲ ਗਾਂਧੀ ਯੂਨੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਆਮ ਲੋਕਾਂ ਦੇ ਨਾਲ ਉਹ ਅਜੇ ਤੱਕ ਮੈਨੂੰ ਲੱਗਦਾ ਉਸ ਸਟਰੈਟਜੀ ਤੇ ਚੱਲਦੇ ਪਏ ਉਹਨੂੰ ਛੱਡਿਆ ਨਹੀਂ ਭਾਵੇਂ ਇਲੈਕਸ਼ਨ ਸਿਰ ਤੇ ਆ ਗਏ ਕਿ ਜੋ ਅਸੀਂ ਅਨਾਉਂਸ ਕੀਤਾ ਉਹਦੇ ਤੇ ਵੀ ਜੇ ਕੋਈ ਫੀਡਬੈਕ ਆਪਾਂ ਵੋਟਰਾਂ ਦੀ ਲੈ ਸਕੀ ਤੇ ਲਈਏ ਜ਼ਰੂਰ ਰਾਹੁਲ ਗਾਂਧੀ ਨੇ ਜਦੋਂ ਪਹਿਲੀ ਭਾਰਤ ਜੋੜੋ ਯਾਤਰਾ ਕੀਤੀ ਸੀ ਉਹਨਾਂ ਦਾ ਸਿਆਸੀ ਕਦਮ ਵਧਿਆ ਸੀ ਪਰ ਜਦੋਂ ਦੂਸਰੀ ਭਾਰਤ ਜੋੜੋ ਨਿਆ ਯਾਤਰਾ ਕੀਤੀ ਹੈ ਉਹਨਾਂ ਨੇ ਤਾਂ ਉਹਦੇ ਵਿੱਚ ਉਹਨਾਂ ਦਾ ਸਿਆਸੀ ਕਦਮ ਨਾ ਵਧਿਆ ਤੇ ਨਾ ਘਟਿਆ ਕਿਉਂਕਿ ਬਹੁਤਾ ਮਾਰਕਾ ਮਾਰਨ ਦੇ ਵਿੱਚ ਉਹ ਸਫਲ ਨਹੀਂ ਸੀ ਹੋ ਸਕੇ ਦੋਚਰ ਹੋਰ ਐਸੀਆਂ ਘਟਨਾਵਾਂ ਵਿਰੋਧੀ ਪਾਰਟੀਆਂ ਨੇ ਸਿਰਜ ਕੇ ਰੱਖ ਦਿੱਤੀ ਅਸੀਂ ਜਿਹਦੇ ਕਰਕੇ ਰਾਹੁਲ ਗਾਂਧੀ ਦੀ ਯਾਤਰਾ ਬਹੁਤੀ ਚਮਕ ਨਹੀਂ ਸਕੀ ਫਿੱਕੀ ਫਿੱਕੀ ਰਹੀ ਪਰ ਫਿਰ ਵੀ ਸਰਗਰਮੀ ਸੀ ਲੋਕਾਂ ਨਾਲ ਕਨੈਕਟ ਕਰਨ ਦਾ ਯਤਨ ਕੀਤਾ ਕੋ ਮਾੜਾ ਨਹੀਂ ਸੀ ਹੁਣ ਰਾਹੁਲ ਗਾਂਧੀ ਹੋਰੀ ਈਮੇਲਾਂ ਮਗਾਉਣ ਵਟਸਐਪ ਮਗਾਉਣ ਕੀ ਕੁਛ ਕਰਦੇ ਆ ਉਹ ਬਾਦੀਆਂ ਗੱਲਾਂ ਪਰ ਇੱਕ ਗੱਲ ਜਿਹੜੀ ਰਾਹੁਲ ਗਾਂਧੀ ਸਾਹਿਬ ਨੂੰ ਚੇਤੇ ਰੱਖਣੀ ਚਾਹੀਦੀ ਹੈ ਉਹ ਇਹ ਆ ਕਿ ਉਹਨਾਂ ਨੂੰ ਬਾਰ ਬਾਰ ਕਾਂਗਰਸ ਪਾਰਟੀ ਦੇ ਵਿੱਚ ਵੀ ਹੁਣ ਚਾਂਸ ਨਹੀਂ ਮਿਲਣੇ ਲੋਕਾਂ ਨੂੰ ਸਭ ਪਤਾ ਕਿ ਭਾਵੇਂ ਤੁਸੀਂ ਮਲਕਰਜਨ ਖੜਗੇ ਨੂੰ ਪ੍ਰਧਾਨ ਬਣਾਇਆ ਪਾਵੇਂ ਤੁਸੀਂ ਆ ਪਿੱਛੇ ਹਟਿਓ ਪਾਵੇਂ ਤੁਸੀਂ ਪਾਰਟੀ ਦੇ ਬਾਕੀ ਸਾਰੇ ਉਮੀਦਵਾਰਾਂ ਦੇ ਵਾਂਗ ਇੱਕ ਉਮੀਦਵਾਰ ਹਾਂ ਪਾਵੇਂ ਤੁਸੀਂ ਬਾਕੀ 48 49 ਐਮਪੀਜ਼ ਦੇ ਵਾਂਗ ਸਿਰਫ ਇੱਕ ਐਮਪੀ ਹਾਂ ਪਰ ਚਲਦੀ ਥੋੜੀ ਹੈ ਲੋਕਾਂ ਨੂੰ ਚੰਗੇ ਤਰੀਕੇ ਪਤਾ ਨਹੀਂ ਤਾਂ ਕਾਂਗਰਸ ਪਾਰਟੀ ਕੋਲ ਹੋਰ ਕਿਹੜਾ ਲੀਡਰ ਹੈ ਜਿਹਨੇ ਦੋ ਯਾਤਰਾਵਾਂ ਕੀਤੀਆਂ ਤੇ ਕਾਂਗਰਸ ਪਾਰਟੀ ਦੀ ਬਾਕੀ ਸਾਰੀ ਲੀਡਰਸ਼ਿਪ ਉਸ ਯਾਤਰਾ ਦਾ ਪ੍ਰਚਾਰ ਕਰਨ ਦੇ ਲਈ ਪੱਬਾਂ ਪਰ ਹੋਵੇ ਇਸ ਕਰਕੇ ਤੁਸੀਂ ਜਦੋਂ ਅਸਤੀਫਾ ਵੀ ਦਿੱਤਾ ਸੀ ਨਾ ਕਾਂਗਰਸ ਪਾਰਟੀ ਦੀਆਂ ਵੱਡੀਆਂ ਅਹੁਦੇਦਾਰੀਆਂ ਤੋਂ ਤਾਂ ਉਹਦੇ ਤੋਂ ਬਾਅਦ ਵੀ ਚੱਲਦੀ ਥੋੜੀ ਰਹੀ ਇਹ ਲੋਕ ਜਾਣਦੇ ਆ ਹੁਣ ਪ੍ਰਸ਼ਾਂਤ ਕਿਸ਼ੋਰ ਬੜਾ ਵੱਡਾ ਰਣਨੀਤੀ ਘੜਾ ਕਾਂਗਰਸ ਪਾਰਟੀ ਦੇ ਲੀਡਰ ਹੁੰਦੇ ਸੀ ਕੈਪਟਨ ਅਮਰਿੰਦਰ ਸਿੰਘ ਅੱਜਕੱਲ ਬੀਜੇਪੀ 'ਚ ਨੇ ਤੇ ਜਦੋਂ 2017 ਦੇ ਵਿੱਚ ਉਹਨਾਂ ਨੇ ਵਿਧਾਨ ਸਭਾ ਦੀ ਚੋਣ ਲੜੀ ਸੀ ਤੇ ਇਸੇ ਪ੍ਰਸ਼ਾਂਤ ਕਿਸ਼ੋਰ ਦੀਆਂ ਸੇਵਾਵਾਂ ਲਈਆਂ ਸੀ ਉਹਨਾਂ ਨੇ ਤੇ ਉਹਨੇ ਹੀ ਦੱਸਿਆ ਸੀ ਕਿ ਭਾਈ ਕਰ ਕਰ ਜਿਹੜਾ ਉਹ ਪ੍ਰਚਾਰ ਚੱਲਣਾ ਚਾਹੀਦਾ ਕਿ ਕੈਪਟਨ ਸਾਹਿਬ ਦੀ ਸਰਕਾਰ ਹੋਵੇ ਕਰਜ਼ਾਕੁਰਕੀ ਖਤਮ ਉਹ ਵੀ ਚਰਕਲ ਚਲਣੀ ਚਾਹੀਦੀ ਹੈ ਤੇ ਮੋਬਾਈਲ ਫੋਨ ਕਿਦਾਂ ਫਰੀ ਦੇਣੇ smartphones ਨੌਜਵਾਨਾਂ ਨੂੰ ਉਹ ਵੀ ਚਰਚਾ ਚਲਣੀ ਚਾਹੀਦੀ ਹੈ ਸਾਰੇ ਆਈਡੀਆਜ਼ ਇਸ ਸਾਰੀਆਂ ਜੁਗਤਾਂ ਜਿਹੜੀਆਂ ਨੇ ਇਹ ਪ੍ਰਸ਼ਾਂਤ <strong>ਕਿਸ਼ੋਰ ਨੇ ਦਿੱਤੀਆਂ ਸੀ ਕੈਪਟਨ ਅਮਰਿੰਦਰ ਸਿੰਘ ਨੂੰ</strong> ਹੁਣ ਉਸੇ ਪ੍ਰਸ਼ਾਂਤ <strong>ਕਿਸ਼ੋਰ ਦਾ ਇੱਕ ਇੰਟਰਵਿਊ ਆਇਆ</strong> ਉਹ ਕਹਿੰਦੇ ਜੀ ਦੇਖੋ ਮੈਂ ਦੋ ਚੀਜ਼ਾਂ ਕਲੀਅਰ ਦੱਸ ਦਿੰਨਾ ਕਿ ਵਿਰੋਧੀ ਧਿਰ ਕਮਜ਼ੋਰ ਹੈ ਇਸ ਕਰਕੇ ਭਾਜਪਾ ਜਿੱਤਦੀ ਹੈ ਵਿਰੋਧੀ ਧਿਰ ਨੇ ਕਹਿੰਦੇ ਜੀ ਕਈ ਵਾਰ ਮੌਕੇ ਖੰਜਾਏ ਨੇ ਨਹੀਂ ਤਾਂ ਭਾਜਪਾ ਕਮਜ਼ੋਰ ਹੋ ਸਕਦੀ ਸੀ ਤੇ ਤੀਸਰਾ ਉਹ ਕਹਿੰਦੇ ਮੇਰੀ ਤਾਂ ਰਾਹੁਲ ਗਾਂਧੀ ਨੂੰ ਇੱਕੋ ਹੀ ਸਲਾਹ ਆ ਕਿ ਜੇ ਐਤ ਕੀ ਵੀ ਭਾਈ ਤੁਸੀਂ ਜਿੱਤ ਨਾ ਨਾ ਸਕੇ ਤੁਹਾਡੀ ਪਾਰਟੀ ਦੀ ਗੱਲ ਕਰਦਾ ਕਿ ਜੇ ਐਤ ਕੀ ਵੀ ਕਾਂਗਰਸ ਜਿੱਤ ਨਾ ਸਕੇ ਤਾਂ ਮੇਰੀ ਤੁਹਾਨੂੰ ਸਲਾਹ ਹੈ ਕਿ ਤੁਸੀਂ ਛੁੱਟੀ ਲੈ ਲਿਓ ਤੁਸੀਂ 5 ਸਾਲ ਕਿਉਂ ਕਾਂਗਰਸ ਪਾਰਟੀ ਵਿੱਚ ਕਿਸੇ ਹੋਰ ਲੀਡਰ ਨੂੰ ਉੱਪਰ ਆਉਣ ਦਿਓ ਜੇ ਤੁਸੀਂ ਛੁੱਟੀ ਨਾ ਲਈ ਜਿਵੇਂ ਪਹਿਲੇ 10 ਸਾਲ ਤੁਸੀਂ ਫੇਲ ਹੋਏ ਅਗਲੇ 10 ਸਾਲ ਵੀ ਤੁਸੀਂ ਫੇਲ ਹੋ ਜਾਓਗੇ ਜਣੀ ਇੱਕ ਪਾਸੇ ਤਾਂ ਭਾਜਪਾ ਕਹਿੰਦੀ ਹੈ ਇੱਕ ਵਿਰੋਧੀ ਧਿਰ ਦੇ ਕੋਲ ਕੋਈ ਲੀਡਰ ਨਹੀਂ ਦੂਜੇ ਪਾਸੇ ਪ੍ਰਸ਼ਾਂਤ <strong>ਕਿਸ਼ੋਰ</strong> ਨੇ ਜਿਸ ਤਰੀਕੇ ਰਾਹੁਲ ਗਾਂਧੀ ਦੀ ਲੀਡਰਸ਼ਿਪ ਦੇ ਉੱਤੇ ਸਵਾਲ ਖੜੇ ਕੀਤੇ ਆ ਇਹ ਆਪਣੇ ਆਪ ਦੇ ਵਿੱਚ ਟਾਈਮਿੰਗ ਜਿਹੜੀ ਹੈ ਉਹ ਦਿਮਾਗ ਦੇ ਵਿੱਚ ਬੜੀ ਵੱਡੀਆਂ ਟੱਕਰਾਂ ਮਾਰਦੀ ਹੈ ਤੇ ਨਾਲ ਦੀ ਨਾਲ ਪ੍ਰਸ਼ਾਂਤ <strong>ਕਿਸ਼ੋਰ</strong> ਨੇ ਵੀ ਕਹਿ ਦਿੱਤਾ ਉਹ ਕਹਿੰਦੇ ਜੀ ਦੇਖੋ ਗੱਲ ਬੜੀ ਕਲੀਅਰ ਹੈ ਕਿ ਜਦੋਂ ਪ੍ਰਧਾਨ ਮੰਤਰੀ ਬਣਨਾ ਸੀ ਮੋਦੀ ਸਾਹਿਬ ਨੇ ਉਹ ਗੁਜਰਾਤ ਤੋਂ ਸਨ ਪਰ ਉਹਨਾਂ ਨੇ ਵਾਰਣਸੀ ਤੋਂ ਚੋਣ ਇਸ ਕਰਕੇ ਲੜੀ ਸੀ ਕਿ ਹਿੰਦੀ ਹਾਰਟਲੈਂਡ ਦੇ ਵਿੱਚ ਜਿੱਤ ਪ੍ਰਾਪਤ ਕੀਤੇ ਆ ਭਾਰਤ ਦੇ ਵਿੱਚ ਸਰਕਾਰ ਨਹੀਂ ਬਣਦੀ ਉਹ ਕਹਿੰਦੇ ਮੋਦੀ ਸਾਹਿਬ ਤਾਂ ਭਾਜਪਾ ਨੂੰ ਜਿਤਾਉਣ ਦੇ ਲਈ ਗੁਜਰਾਤ ਤੋਂ ਯੂਪੀ ਆ ਗਿਆ ਸੀ ਤੇ ਰਾਹੁਲ ਗਾਂਧੀ ਸਾਹਿਬ ਯੂਪੀ ਦਾ ਮਿੱਠੀ ਛੱਡ ਕੇ ਉਹ ਕੇਰਲਾ ਦੇ ਵਾਈਨੜ ਚੱਲ ਗਏ ਉਹ ਕਹਿੰਦੇ ਸਮਝ ਹੀ ਨਹੀਂ ਸਕੇ ਕਿ ਜੇ ਕਾਂਗਰਸ ਪਾਰਟੀ ਨੂੰ ਜਿਤਾਉਣਾ ਜੇ ਸਰਕਾਰ ਨੂੰ ਅਗਲੇ ਪਾਸੇ ਤੋੜਨਾ ਜੇ ਪਾਰਟੀ ਦੀ ਢਿੱਲੀ ਜਿਹੜੀ ਦੌਣ ਹੈ ਉਹਨੂੰ ਕੱਸਣਾ ਤੇ ਹਿੰਦੀ ਹਾਰਟਲੈਂਡ ਜਿਹਦੇ ਵਿੱਚ ਯੂਪੀ ਹੈ ਬਿਹਾਰ ਹੈ ਝਾਰਖੰਡ ਹੈ ਮੱਧ ਪ੍ਰਦੇਸ਼ ਹੈ ਰਾਜਸਥਾਨ ਹੈ ਉਧਰਲੇ ਪਾਸੇ ਸਰਗਰਮੀਆਂ ਕਰਨੀਆਂ ਪੈਣੀਆਂ ਇਹ ਕਹਿੰਦੇ ਕੇਰਲਾ ਭੱਜ ਗਏ ਖੈਰ ਉਹ ਜਿਹੜੀ ਗੱਲ ਆ ਕਿ ਅਮੇਠੀ ਤੋਂ ਚੋਣ ਲੜਨੀ ਕਿ ਨਹੀਂ ਲੜਨੀ ਉਹ ਵੀ ਮੇਰੇ ਖਿਆਲ ਵਾਹਵਾ ਚਰਚਾ ਦਾ ਵਿਸ਼ਾ ਰਹੀ ਹੈ ਉਸ ਦਾ ਅੱਜ ਕੱਲ ਦੇ ਵਿੱਚ ਕਾਂਗਰਸ ਪਾਰਟੀ ਉਹ ਵੀ ਕਲੀਅਰ ਕਰ ਦਵੇ ਵੀ ਇਹ ਰਾਹੁਲ ਗਾਂਧੀ ਉਰੀਆਂ ਮੇਠੀਆਂ ਚੋਣ ਲੜਨਗੇ ਜਾਂ ਨਹੀਂ ਲੜਨਗੇ ਪਰ ਇੱਕ ਗੱਲ ਤੇ ਹੈਗੀ ਆ ਵੀ ਜੇ ਪ੍ਰਸ਼ਾਂਤ ਕਸ਼ੋਰ ਹੋਰ ਨੇ ਇਹ ਗੱਲ ਕੀਤੀ ਆ ਤੇ ਉਹਨਾਂ ਨੇ ਕੋਈ ਨਾ ਕੋਈ ਕੈਲਕੂਲੇਸ਼ਨ ਕਰਕੇ ਗੱਲ ਕੀਤੀ ਹੋਊਗੀ ਕਿਉਂਕਿ ਵੱਖ-ਵੱਖ ਪੋਲੀਟੀਕਲ ਪਾਰਟੀਆਂ ਨੂੰ ਦੇਸ਼ ਦੇ ਵਿੱਚ ਵੱਖ-ਵੱਖ ਚੋਣਾਂ ਜਿਤਾਉਣ ਦਾ ਸਿਹਰਾ ਜ਼ਰੂਰ ਉਹਨਾਂ ਦੇ ਸਿਰ ਜਾਂਦਾ ਉਹ ਗੱਲ ਵੱਖਰੀ ਆ ਵੀ ਹੁਣ ਉਹਨਾਂ ਨੇ ਉਹ ਸਟ੍ਰੈਟਜੀਆ ਛੱਡ ਕੇ ਰਣਨੀਤੀਕਾਰ ਵਾਲਾ ਕੰਮ ਛੱਡ ਕੇ ਤੇ ਆਪਣੀ ਪੋਲੀਟੀਕਲ ਜ਼ਮੀਨ ਤਲਾਸ਼ਣੀ ਸ਼ੁਰੂ ਕਰ ਦਿੱਤੀ ਆ ਬਿਹਾਰ ਦੇ ਵਿੱਚ ਉਹ ਯਾਤਰਾ ਵੀ ਕਰ ਰਹੇ ਨੇ ਪਰ ਮੈਨੂੰ ਇੱਕ ਗੱਲ ਇਹ ਵੀ ਯਾਦ ਆਉਂਦੀ ਹੈ WhatsApp 'ਕੇ ਵੀ ਰਾਹੁਲ ਗਾਂਧੀ ਹੋਰ ਆਉਂਦੀ ਹੂ ਇਹ ਪਹਿਲੀ ਵਾਰ ਫੇਸ ਨਹੀਂ ਕਰਨਾ ਪਿਆ ਜੇ ਤੁਹਾਨੂੰ ਯਾਦ ਹੋਵੇ ਜਦੋਂ ਮਲਕਰਜਨ ਖੜਗੇ ਹੋਰਾਂ ਨੂੰ ਪ੍ਰਧਾਨ ਬਣਾਉਣਾ ਸੀ ਤੇ ਉਹ ਸਾਰਾ ਵੋਟਾਂ ਬਾਟਾਂ ਵਾਲਾ ਕੰਮ ਜਿਆ ਬਣਾਇਆ ਗਿਆ ਕਹਿਣ ਵਾਲੇ ਉਹਨੂੰ اڈੰਬਰੀ ਕਹਿੰਦੇ ਆ ਕਿਉਂਕਿ ਵੋਟਾਂ ਕੋਲ ਮਿਲਾ ਕੇ ਖੜਗੇ ਸਾਹਿਬ ਨੇ ਪਈਆਂ ਸੀ ਦੂਸਰੇ ਕੈਂਡੀਡੇਟ ਦਾ ਤਾਂ ਬਟੇ ਕੁਝ ਨਹੀਂ ਸੀ ਗਿਆ ਉਹਦੇ ਤੋਂ ਪਹਿਲਾਂ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਸੀਨੀਅਰ ਲੀਡਰ ਸੀ ਕਾਂਗਰਸ ਪਾਰਟੀ ਦੇ ਉਹ ਵਿਰੋਧ ਕਰਨ ਲੱਗ ਪਏ ਸੀ ਕਿ ਰਾਹੁਲ ਗਾਂਧੀ ਪ੍ਰਧਾਨ ਨਹੀਂ ਹੋਣੇ ਚਾਹੀਦੇ ਜੀ ਪ੍ਰਧਾਨ ਬਦਲੋ ਹੁਣ ਤੁਸੀਂ ਦੇਖੋ ਕਿ ਉਦੋਂ ਤੋਂ ਚੱਲਦਾ ਵਿਰੋਧ ਉਸਤਾਬਾ ਖੜਗੇ ਸਾਬ ਨੂੰ ਪ੍ਰਧਾਨ ਬਣਾਇਆ ਪ੍ਰਧਾਨ ਬਣਾਉਣ ਤੋਂ ਬਾਅਦ ਉਹਨਾਂ ਨੇ ਆਪਣੇ ਤੌਰ ਤੇ ਯਾਤਰਾ ਕੀਤੀ ਆਪਣਾ ਕਦਮ ਵਧਾਉਣ ਦੀ ਕੋਸ਼ਿਸ਼ ਕੀਤੀ ਉਹ ਸਾਰਾ ਕੁਝ ਇੱਕ ਕਵਾਇਦ ਦੇ ਰੂਪ ਦੇ ਵਿੱਚ ਚੱਲਦਾ ਰਿਹਾ ਪਰ ਇਹਦੇ ਨਾਲ ਨਾਲ ਆਪਾਂ ਨੂੰ ਇਹ ਪਤਾ ਵੀ ਨਾ ਤਾਂ ਕਾਂਗਰਸ ਪਾਰਟੀ ਦੇ ਵਿੱਚ ਤੇ ਨਾ ਕਾਂਗਰਸ ਪਾਰਟੀ ਦੇ ਵਰਕਰਾਂ ਦੇ ਵਿੱਚ ਕਿਸੇ ਨੇ ਖੜਗੇ ਸਾਹਿਬ ਨੂੰ ਉਸ ਲੈਵਲ ਦੇ ਉੱਪਰ ਪ੍ਰਵਾਨ ਕੀਤਾ ਹਾਂ ਪੈਨ ਜ਼ਰੂਰ ਉਹਨਾਂ ਦੇ ਕੋਲ ਹੈਗਾ ਜਿਹਦੇ ਨਾਲ ਉਹ ਦਸਤਖਤ ਕਰਦੇ ਨੇ ਪ੍ਰਧਾਨ ਦੇ ਨਾਂ ਹੇਠ ਪਰ ਉਹ ਉਸ ਲੈਵਲ ਦੀ ਜਿਹੜੀ ਉਹ ਕਹ ਲੋ ਕੇ ਮਾਨਤਾ ਹੈ ਉਹ ਨਹੀਂ ਮਿਲੀ ਇਹ ਉਦਾਂ ਹੀ ਆ ਜਦੋਂ ਸਰਦਾਰ ਮਨਮੋਹਨ ਸਿੰਘ ਉਰੀ 10 ਸਾਲ ਪ੍ਰਧਾਨ ਮੰਤਰੀ ਰਹਿ ਗਏ ਪਰ ਉਹ ਮੰਨਿਆ ਜਾਂਦਾ ਸੀ ਵੀ ਜਿਵੇਂ ਉਹ ਉਹਨਾਂ ਨੂੰ ਕਿਹਾ ਜਾਂਦਾ ਉਹ ਲਗਭਗ ਉਸੇ ਤਰ੍ਹਾਂ ਕਰਦੇ ਇਹ ਮੈਨੂੰ ਲੱਗਦਾ ਵੀ ਜਿਹੜੀ ਰਵਾਇਤ ਆ ਉਹ ਕਾਂਗਰਸ ਪਾਰਟੀ ਨੂੰ ਉਹਨਾਂ ਦੇ ਲੀਡਰਾਂ ਨੂੰ ਉਹਨਾਂ ਦੇ ਗਾਂ ਵਰਕਰਾਂ ਨੂੰ ਤੋੜਨੀ ਪਊਗੀ ਤੇ ਜੇ ਕੋਈ ਇਹ ਕਵੇ ਵੀ ਉਹ ਰਾਤੋਂ ਰਾਤ ਤੋੜ ਲੈਣਗੇ ਵੀ ਸਵੇਰੇ ਸਾਰਾ ਕੋ ਲੋਕ ਭੁੱਲ ਜਾਣਗੇ ਗਾਂਧੀ ਪਰਿਵਾਰ ਨੂੰ ਤੇ ਆਪੋ ਆਪਣੇ ਹੱਥਾਂ ਨਾਲ ਚੱਲ ਪਣ ਉਹ ਮੈਨੂੰ ਔਖਿਆਂ ਲੱਗਦਾ ਬਾਕੀ ਚਲੋ ਪ੍ਰਸ਼ਾਦ ਕਸ਼ੋਰ ਉਹਨਾਂ ਦੀ ਸਲਾਹ ਦਿੱਤੀ ਆ ਬਿਆਦ ਕਿ ਕੁਝ ਕਰਨਾ ਤੇ ਕਰ ਲੋ ਨਹੀਂ ਵੀਰ ਮੇਰੇ ਕੰਮ ਖਾਲੀ ਆ ਉਹ ਜਾਵਦਾ ਤੇ ਖੈਰ ਇਦਾਂ ਹੀ ਆ ਕਿਉਂਕਿ ਜੇ ਮੰਨ ਲਓ ਲਗਾਤਾਰ ਇਸ ਵਾਰ ਵੀ ਕਾਂਗਰਸ ਪਾਰਟੀ ਹਾਰ ਗਈ ਤੇ 15 ਸਾਲ ਹੋ ਜਾਣੇ ਆ ਸੱਤਾ ਤੋਂ ਬਾਹਰ ਹੋਏ ਤੇ 15 ਸਾਲ ਬਾਅਦ ਤੇ ਫਿਰ ਤੁਹਾਨੂੰ ਪਤਾ ਹੀ ਹੈ ਕਈ ਕੁਝ ਬਦਲ ਜਾਂਦਾ ਸੰਧਾਲੀਆ ਸਭ ਗੱਲ ਤੁਹਾਡੀ ਠੀਕ ਹੈ ਬਾਕੀ ਚਲੋ ਕਾਂਗਰਸ ਪਾਰਟੀ ਦੇ ਵਿੱਚ ਬਹੁਤ سارے ਸਿਆਣੇ ਬੰਦੇ ਆ ਕੋ ਐਡਵੋਕੇਟ ਨੇ ਕੋ ਡਾਕਟਰ ਨੇ ਕੋ politcal expert ਨੇ ਸਿਆਸੀ ਮਾਹਿਰ ਸਲਾਹਤ ਦੇਣ ਦੇ ਹੋਣਗੇ ਆਪਾਂ ਚੱਲਦੇ ਆ ਪੋਰਾਕ ਸੰਗਰੂਰ ਸੰਗਰੂਰ ਦੇ ਕਿ ਬਹੁਤ ਦਿਲਚਸਪ ਹੋਣ ਵਾਲਾ ਇਕ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦਾ ਆਪਣਾ ਹਲਕਾ ਦੂਸਰਾ ਉਸ ਹਲਕੇ ਤੋਂ ਉਹਨਾਂ ਦੇ ਬਹੁਤ ਨੇੜਲੇ ਦਿਲ ਦੇ ਸਾਥੀ ਮੰਤਰੀ ਨੇ ਗੁਰਮੀਤ ਸਿੰਘ ਮੀਤheer ਉਹ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਨੇ ਤੀਸਰਾ ਉੱਥੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਿਟਿੰਗ ਐਮਪੀ ਸਰਦਾਰ ਸਿਮਰਨਜੀਤ ਸਿੰਘ ਮਾਨ ਚੋਣ ਲੜ ਰਹੇ ਹੈ ਤੇ ਚੌਥਾ ਇੱਕ ਚਰਚਾ ਚੱਲਦੀ ਹੈ ਕਿ ਕਾਂਗਰਸ ਪਾਰਟੀ ਉੱਥੋਂ ਸਰਦਾਰ ਸੁਖਪਾਲ ਸਿੰਘ ਖਹਿਰਾ ਨੂੰ ਉਮੀਦਵਾਰ ਬਣਾ ਸਕਦੀ ਆਪਾਂ ਥੋੜੀ ਜਿਹਾ ਜ਼ਿਕਰ ਪਹਿਲਾਂ ਕੀਤਾ ਸੀ ਕਿੱਥੋਂ ਖੇਰਾ ਸਾਹਿਬ ਕਪੂਰਥਲਾ ਜ਼ਿਲ੍ਹੇ ਦੇ ਪਹਲੱਤ ਤੋਂ ਨੇ ਕਿੱਥੇ ਦੁਆਬਾ पार ਕਰਕੇ ਉਹ ਮਾਲਵਾ ਸਾਰਾ ਪਾਰ ਕਰਕੇ ਸੰਗਰੂਰ ਅਪੜਨਾ ਬਰਨਾਲੇ ਅਪੜਨਾ ਕੋਈ ਛੋਟੀ ਗੱਲ ਹੈ ਹਾਲਾਂਕਿ ਖੇਰਾ ਸਾਹਿਬ ਇੱਕ ਵਾਰੀ ਬਠਿੰਡੀਆਂ ਚੋਣ ਲੜ ਚੁੱਕੇ ਹਨ ਲੋਕ ਸਭਾ ਦੀ 40 ਹਜ਼ਾਰ ਵੋਟਾਂ ਪਈਆਂ ਸੀ ਜਦੋਂ ਉਹ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਿੱਚ ਨਹੀਂ ਸਨ ਉਹਨਾਂ ਦੀ ਪੰਜਾਬ ਏਕਤਾ ਪਾਰਟੀ ਸੀ ਉਸ ਵੇਲੇ ਹੁਣ ਖੇਰਾ ਸਾਹਿਬ ਨੂੰ ਪੁੱਛਿਆ ਗਿਆ ਕਿ ਕਿਤੇ ਪੱਤਰਕਾਰਾਂ ਦੇ ਕਿਆਫੇ ਹੀ ਤਾਂ ਨਹੀਂ ਕਿਤੇ ਹਵਾ ਦੇ ਵਿੱਚ ਛੱਡਿਆ ਗਿਆ ਤੀਰ ਤਾਂ ਨਹੀਂ ਖੈਰੇ ਕੇ ਸਿਸਰਦਾ ਸੁਖਪਾਲ ਸਿੰਘ ਖੈਰਾ ਕਾਂਗਰਸ ਦੇ ਐਮਐਲਏ ਨੇ ਪਲੱਸ ਤੋਂ ਮੌਜੂਦਾ ਉਹਨਾਂ ਨੂੰ ਪੁੱਛਿਆ ਖੈਰਾ ਸਾਹਿਬ ਸੰਗਰੂਰ ਤੋਂ ਚਰਚਾ ਚੱਲਦੀ ਹੈ ਥੋੜੀ ਹਾਲਾਂਕਿ ਸੰਗਰੂਰ ਤੋਂ ਆਪਾਂ ਫਿਰ ਦੱਸ ਦਈਏ ਕਿ ਵਿਜੇਂਦਰ ਸਿੰਘਲਾ ਸਾਹਿਬ ਦਾਵੇਦਾਰ ਨੇ ਵਿੱਚ ਵਿੱਚ ਇਹ ਲੱਗਦਾ ਹੁੰਦਾ ਸੀ ਕਿ ਬੀਬੀ ਪਠੜ੍ਹ ਨੂੰ ਚੋਣ ਲੜਾਈ ਸਕਦੀ ਹੈ ਬੀਬੀ ਸਿਮਰਤ ਖੰਘੂੜਾ ਦਾਵੇਦਾਰ ਨੇ ਤਾਂ ਖੈਰਾ ਸਾਹਿਬ ਨੇ ਬੜਾ ਸਪਸ਼ਟ ਸਟਿੱਕ ਜਵਾਬ ਦਿੱਤਾ ਉਹ ਕਹਿੰਦੇ ਜੀ ਪਹਿਲੀ ਗੱਲ ਇਹ ਕਿ ਉੱਥੋਂ ਕਿਸੇ ਲੋਕਲ ਤੇ ਯੋਗ ਲੀਡਰ ਨੂੰ ਉਮੀਦਵਾਰ ਬਣਾਇਆ ਚਾਹੀਦਾ ਜਿਹੜਾ ਕਾਂਗਰਸ ਪਾਰਟੀ ਦਾ ਸਥਾਨਕ ਹੋਵੇ ਤੇ ਯੋਗ ਹੋਵੇ ਚੰਗਾ ਕੀਤਾ ਸਥਾਨਕ ਬੰਦਿਆਂ ਦੀ ਹਮੇਸ਼ਾ ਲੋੜ ਹੁੰਦੀ ਹੈ ਦੂਸਰਾ ਪਰ ਉਹ ਕਹਿੰਦੇ ਮੈਂ ਤੁਹਾਨੂੰ ਇਹ ਵੀ ਦੱਸ ਦਿੰਨਾ ਕਿ ਜੇ ਪਾਰਟੀ ਕਿਤੇ ਡਿਊਟੀ ਲਾਉਗੀ ਤਾਂ ਮੈਂ ਨਹੀਂ ਪਿੱਛੇ ਹਟਦਾ ਮੈਂ ਚੋਣ ਫਿਰ ਲੜ ਲੂੰਗਾ ਪਰ ਜੇ ਸਾਰਿਆਂ ਦੀ ਸਹਿਮਤੀ ਹੋਈ ਉਹ ਕਹਿੰਦੇ ਜਦੋਂ ਮੈਂ ਨਾਬੇ ਜੇਲ੍ਹ ਦੇ ਵਿੱਚ ਸੀ ਤੇ ਉਦੋਂ ਬਹੁਤ ਸਾਰੇ ਕਾਂਗਰਸ ਪਾਰਟੀ ਦੇ ਲੀਡਰ ਮੈਨੂੰ ਮਿਲਣਾਉਂਦੇ ਹੁੰਦੇ ਸੀ ਜੇਲ੍ਹ ਦੇ ਵਿੱਚ ਉਹਨਾਂ ਨੂੰ ਪਤਾ ਸੀ ਕਿ ਮੈਂ ਦੋਸ਼ੀ ਨਹੀਂ ਹੈਗਾ ਮੈਂ ਬੇਦੋਸ਼ਾ ਮਿਰ ਤੇ ਪਰਚਾ ਗਲਤ ਕੀਤਾ ਗਿਆ ਤੇ ਉਹ ਕਹਿੰਦੇ ਉਦੋਂ ਹੀ ਉਹ ਮੈਨੂੰ ਕਹਿਣ ਲੱਗ ਪਏ ਸੀ ਕਿ ਇਸ ਸਰਕਾਰ ਨੇ ਤੁਹਾਡੇ ਨਾਲ ਧੱਕਾ ਕੀਤਾ ਤੁਹਾਡੇ ਨਾਲ ਅਨਿਆਇ ਕੀਤਾ ਤੁਹਾਡੇ ਨਾਲ ਬੇਇਨਸਾਫੀ ਕੀਤੀ ਹੈ ਤੇ ਖਹਿਰਾ ਸਾਹਿਬ ਇਸ ਕਰਕੇ ਸੰਗਰੂਰ ਕਿਉਂਕਿ ਮੁੱਖ ਮੰਤਰੀ ਸਾਹਿਬ ਦਾ ਅਬਦਾ ਹਲਕਾ ਉਥੋਂ ਦੋ ਵਾਰ ਐਮਪੀ ਰਹੇ ਨੇ ਅਸੀਂ ਕਾਂਗਰਸ ਪਾਰਟੀ ਨੂੰ ਬੇਨਤੀ ਕਰਾਂਗੇ ਕਿ ਤੁਹਾਨੂੰ ਸੰਗਰੂਰ ਤੋਂ ਚੋਣ ਲੜਾਉਣ ਤੇ ਤੁਸੀਂ ਚੋਣ ਲੜ ਕੇ ਫਿਰ ਸਰਕਾਰ ਨੂੰ ਹਰਾਓ ਜੇ ਉਥੋਂ ਖਹਿਰਾ ਸਾਹਿਬ ਸਰਦਾਰ ਸਿਮਰਨਜੀਤ ਸਿੰਘ ਮਾਨ ਗੁਰਮੀਤ ਸਿੰਘ ਮੀਤ ਹੇਰ ਇਹਨਾਂ ਦੀ ਟੱਕਰ ਹੁੰਦੀ ਹੈ ਅਕਾਲੀਆਂ ਦੇ ਕੈਂਡੀਡੇਟ ਦੇ ਰੂਪ ਦੇ ਵਿੱਚ ਪਰਮਿੰਦਰ ਸਿੰਘ ਢੀਂਡਸਾ ਤੇ ਇਕਵਾਲ ਸਿੰਘ ਝੁੰਦਾ ਸਾਹਿਬ ਦੀ ਚਰਚਾ ਹੈ ਭਾਰਤੀ ਜਨਤਾ ਪਾਰਟੀ ਵੱਲੋਂ ਅਰਵਿੰਦ ਖੰਨਾ ਕੇਵਲ ਸਿੰਘ ਢਿੱਲੋਂ ਤੇ ਨਾਲ ਦੀ ਨਾਲ ਬੀਬੀ ਦામਨ ਬਾਜਬਾ ਥਿੰਦ ਦੀ ਚਰਚਾ ਕੋਈ ਲੀਡਰ ਹੋਰ ਵੀ ਹੋ ਸਕਦੇ ਆ ਜਣੀ ਦਿਲਚਸਪ ਹੋਊਗਾ ਬਿਲਕੁਲ ਪੰਜ ਕੋਣਾ ਮੁਕਾਬਲਾ ਕੋਈ ਪਤਾ ਹੀ ਨਹੀਂ ਲੱਗਣਾ ਕਿ ਕੌਣ ਕਿਹਦੇ ਕਿੰਨੀਆਂ ਵੋਟਾਂ ਕਿਧਰਲੇ ਪਾਸੇ ਧਰੂ ਕੇ ਆਪਦੀ ਪੱਲੀ ਚ ਰੱਖ ਗਿਆ ਆਨੇ ਖੇਚ ਤੂੰ ਪੂਰੀ ਹੈ ਕਿ ਖੇਚ ਤੂੰ ਆਪਾਂ ਇਦਾਂ ਕਹਿ ਸਕਦੇ ਹਾਂ ਨੂੰ ਵੀ ਇਸ ਵਕਤ ਮਾਹੌਲ ਚਾਲੇ ਹੋਣਾ ਵੀ ਜਿੱਦਾਂ ਲੀਡਰ ਜਿਹੜੇ ਆ ਉਹ ਉਹ ਹੋਣ ਜਿਹੜੇ ਆਮ ਤੌਰ ਤੇ ਕਿਹਾ ਜਾਂਦਾ ਬਰਾਤ ਜਦੋਂ ਕਿਤੇ ਚੜਦੀ ਹੋਵੇ ਪਿੰਡ ਦੇ ਤੇ ਕਈ ਜਿਹੜਾ ਨਿਕੇ ਨਿਕੇ ਨਹਾਣੇ ਹੁੰਦੇ ਉਹਨਾਂ ਨੂੰ ਪਤਾ ਹੁੰਦਾ ਵੀ ਹੁਣ ਨਾ ਉਹ ਉਹ ਪੈਸੇ ਜੇ ਛੁੱਟੇ ਜਾਣੇ ਆ ਤੇ ਉਦੋਂ ਫਿਰ ਆਪਾਂ ਚੁਗਾਂਗੇ ਉਹ ਜਿਹੜੇ ਪੈਸੇ ਆ ਉਹ VOTER ਨਜ਼ਰ ਆਉਣੇ ਆ ਤੇ ਜਿਹੜੇ ਲੀਡਰ ਹੋਣੇ ਉਹ ਉਹਨਾਂ ਨਿਆਣਿਆਂ ਵਰਗੇ ਹੁੰਦੇ ਵੀ ਇੱਕ ਰਾਂ ਵਾਸਤੇ ਖੋਹ ਲਾਂ ਫੜਾ ਫੜ ਜੰਨੀਆਂ ਮੇਰੇ ਦਾ ਆਉਂਦੀਆਂ ਨੇ ਵੋਟਾਂ ਉਹ ਕੰਮ ਕੱਲੇ ਇੱਕ ਹਲਕੇ ਜੁਨੇ ਹੁਣ ਆ ਪੂਰੇ ਪੰਜਾਬ ਚ ਮੈਂ ਇਸ ਵਕਤ ਹੋਣਾ ਤੇ ਹਰੇਕ ਨੇ ਕੋਸ਼ਿਸ਼ ਕਰਨੀ ਹੈ ਵੇ ਕਿਸੇ ਨਾ ਕਿਸੇ ਤਰ੍ਹਾਂ ਮੈਂ ਆ ਜਿਹੜੀ ਸੀਟ ਆ ਇਹ ਕੱਢ ਜਵਾਂ ਜੈਂ ਕਿ ਮੇਰਾ ਟੌਰ ਪੂਰਾ ਬਣ ਜੇ ਕਿਉਂਕਿ ਇਹ ਸਟੌਰ ਦਾ ਹਸਾਬ ਤਾਂ ਜਿਹੜਾ ਉੱਪਰ ਜਾ ਕੇ ਵੀ ਹੋਣਾ ਬਾਕੀ ਉਹ ਕੀ ਬਣਦਾ ਕੀ ਨਹੀਂ ਬਣਦਾ ਇਹ ਹੁਣ ਆ ਜੀ ਕਾਂਗਰਸ ਪਾਰਟੀ ਦੇ ਉੱਪਰ ਮੇਰਾ ਖਲਾਫ ਬਹਾਵਾ ਸਮਾਂ ਲਾਇਆ ਇਹ ਤਾਂ ਹੁਣ ਕਾਂਗਰਸ ਪਾਰਟੀ ਵਾਲੇ ਆ ਇਸ ਵਕਤ ਪੰਜਾਬ ਦੇ ਲੋਕਾਂ ਨੂੰ ਵੇਟ ਹੀ ਕਰਾ ਰਿਹਾ ਵੀ ਕਦੋਂ ਉਹਨਾਂ ਨੇ ਜਾ ਕੇ ਕੰਮ ਕਲੀਅਰ ਕਰਨਾ ਆਸ ਕਰਦੇ ਵੀ ਛੇਤੀ ਉਹ ਆਪਣੇ ਕੈਂਡੀਡੇਟ ਕਲੀਅਰ ਕਰ ਦਣਗੇ ਦੇਖੋ ਗੱਲ ਕਰੀਏ ਕੈਂਡੀਡੇਟਾਂ ਦੀ ਤੇ ਕੈਂਡੀਡੇਟ ਤੇ ਇਸ ਵਕਤ ਮਤਲਬ ਵੱਖੋ-ਵੱਖਰੇ ਨਿਕਲਦੇ ਪਿਆ ਦੇਖੋ ਬਾਕੀ ਪਾਰਟੀਆਂ ਨਾਲ ਜਾਣ ਤੋਂ ਪਹਿਲਾਂ ਆਪਾਂ ਮੇਰਾ ਖਲਦੂਕ ਤੁਹਾਨੂੰ ਪਹਿਲਾਂ ਗੱਲ ਕੀਤੀ ਸੀ ਵੀ ਗੂਲਦੀ ਕੰਬੋਜ ਹੋਣੀ ਜਲਾਲਾਬਾਦੋਂ ਐਮ ਐਲ ਏ ਨੇ ਜੀ ਆਮ ਆਦਮੀ ਪਾਰਟੀ ਦੇ ਉਹਨਾਂ ਦੇ ਪਿਤਾ ਜੀ बसपा जॉइन ਕਰ ਗਈ ਸੀ ਆ 2 ਦਿਨ ਪਹਿਲਾਂ ਤੇ اچانک بڑا ਇਸ ਚੀਜ਼ ਦਾ ਚਰਚਾ ਚੱਲਿਆ ਵੀ ਔਰ ਕਮਾਲ ਹੋ ਗਈ ਬੰਦਾ ਯਾਰ ਸਿਟਿੰਗ ਐਮ ਐਲ ਏ ਹੋਵੇ ਮੌਜੂਦਾ ਸੱਤਾ ਧਿਰ ਵਾਲੇ ਪਾਸਿਓਂ ਤੇ ਪਿਤਾ ਜੀ ਜਿਹੜੇ ਉਹ ਕਿਸੇ ਹੋਰ ਪਾਰਟੀ ਨੂੰ ਜੁਆਇਨ ਕਰ ਜਾਣੇ ਸਮਝ ਨਹੀਂ ਆਈ ਗੱਲ ਦੀ ਤੇ ਉਹ ਗੱਲ ਹੁਣ ਜਾ ਕੇ ਕਲੀਅਰ ਹੋ ਗਈ ਜਦੋਂ बसपा ਵਾਲਿਆਂ ਨੇ ਉੱਥੋਂ ਉਹਨਾਂ ਨੂੰ ਉਮੀਦਵਾਰ ਐਲਾਨ ਦਿੱਤਾ ਇਹਦਾ ਮਤਲਬ ਇਹ ਹੋ ਗਿਆ ਵੀ ਆਮ ਆਦਮੀ ਪਾਰਟੀ ਦੇ ਇੱਕ ਮੌਜੂਦਾ ਐਮ ਐਲ ਏ ਦੇ ਪਿਤਾ ਜੀ ਆਮ ਆਦਮੀ ਪਾਰਟੀ ਦੇ ਹੀ ਖਿਲਾਫ ਬਸ ਪਾ ਦੇ ਉਮੀਦਵਾਰ ਦੇ ਤੌਰ ਤੇ ਚੋਣ ਲੜਨਗੇ ਪੰਜਾਬ ਦੇ ਵਿੱਚ ਹੈ ਕਿ ਨਹੀਂ ਮਤਲਬ ਰਣਨੀਤੀ ਕਮਾਲ ਦੀ ਦੇਖੋ ਸੰਧਾਲੀਆ ਸਾਹਿਬ ਇਹ ਬੜਾ ਦਿਲਚਸਪ ਹੋ ਗਿਆ ਪਹਿਲੀ ਗੱਲ ਹੈ ਕਿ ਬੋਧਨ ਸਮਾਜ ਪਾਰਟੀ ਅਜੇ ਤੱਕ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਉਸ ਦੌੜ ਦੇ ਵਿੱਚ ਸ਼ਾਮਲ ਨਹੀਂ ਸੀ ਥੋੜੀ ਲੇਟ ਹੋ ਗਈ ਸ਼ਾਮਲ ਹੋ ਗਈ ਆਮ ਆਦਮੀ ਪਾਰਟੀ ਨੇ ਇੱਕ ਦੋ ਟਿਕਟਾਂ ਇਦਾਂ ਦੀਆਂ ਦਿੱਤੀਆਂ ਕਿ ਕੱਲ ਬੰਦੇ ਗੁਰਪ੍ਰੀਤ ਸਿੰਘ ਜੀਪੀ ਸ਼ਰੀਫਤਗੜ੍ਹ ਸਾਹਿਬ ਵਾਲੇ ਇਧਰਲੇ ਪਾਸੇ ਡਾਕਟਰ ਚੱਬੇ ਵਾਲਾ ਸਾਹਿਬ ਰਾਜਕੁਮਾਰ ਸ਼ਾਰਪਰ ਤੋਂ ਕੈਂਡੀਡੇਟ ਨੇ ਆਪ ਦੇ ਉਹਨਾਂ ਨੇ ਤਿੰਨ ਤਿੰਨ ਚਾਰ ਚਾਰ ਦਿਨ ਕੰਮ ਕੀਤਾ ਆਮ ਆਦਮੀ ਪਾਰਟੀ ਦੇ ਲਈ ਤੇ ਆਮ ਆਦਮੀ ਪਾਰਟੀ ਨੂੰ ਇੰਨੇ ਚੰਗੇ ਲੱਗੇ ਕਿ ਉਹਨਾਂ ਨੇ ਟਿਕਟਾਂ ਦੇਤੀਆਂ ਬਾਕੀ ਸਾਰੇ ਵਲੰਟੀਅਰ ਵਰਕਰਾਂ ਨੂੰ ਛੱਡ ਕੇ ਭਾਜਪਾ ਨੂੰ ਰਵਨੀਤ ਬਿੱਟੂ ਇੰਨੇ ਵਧੀਆ ਲੱਗੇ ਕਿ 24 ਘੰਟਿਆਂ ਦੇ ਅੰਦਰ ਅੰਦਰ ਉਹਨਾਂ ਨੇ ਲੁਧਿਆਣੇ ਤੋਂ ਉਮੀਦਵਾਰ ਬਣਾ ਲਿਆ ਤੇ ਭਾਜਪਾ ਨੂੰ ਇਧਰਲੇ ਪਾਸੇ ਆ ਜਲੰਧਰ ਵਾਲੇ ਜਿਹੜੇ ਸੁਸ਼ੀਲ ਰਿੰਕੂ ਨੇ ਉਹ ਤਾਂ ਬਹੁਤ ਹੀ ਪਸੰਦ ਆ ਗਿਆ ਉਹਨਾਂ ਨੂੰ ਵੀ ਰਾਤੋਂ ਰਾਤ ਉਹਨਾਂ ਨੇ ਆਪਣੀ ਪਾਰਟੀ 'ਚ ਲਿਆ ਕੇ ਉਮੀਦਵਾਰ ਬਣਾ ਦਿੱਤਾ ਅਕਾਲੀਆਂ ਤੇ ਕਾਂਗਰਸੀਆਂ ਦਾ ਪਤਾ ਨਹੀਂ ਟਿਕਟਾਂ ਜੇ ਵੰ ਭੋਜਨ ਸਮਾਜ ਪਾਰਟੀ ਨੇ ਦੂਸਰੀ ਟਿਕਟ ਦਿੱਤੀ ਹੈ ਇੱਕ ਉਹਨਾਂ ਨੇ ਉਮੀਦਵਾਰ ਐਲਾਨਿਆ ਹੁਸ਼ਿਆਰਪੁਰ ਤੋਂ ਤੇ ਤੁਸੀਂ ਹੈਰਾਨ ਹੋਵੋਗੇ ਕਿ 24 ਘੰਟੇ ਵੀ ਨਹੀਂ ਸੀ ਬੀਤੇ ਸੁਰਿੰਦਰ ਕੰਬੋਜ ਜਿਹੜੇ ਕਿ ਐਮਐਲਏ ਗੋਲਦੀ ਕੰਬੋਜ ਹੋਰਾਂ ਦੇ ਪਿਤਾ ਜੀ ਨੇ ਉਹਨਾਂ ਨੂੰ ਭੋਜਨ ਸਮਾਜ ਪਾਰਟੀ ਦਾ ਹਿੱਸਾ ਬਣਿਆ ਉਹਨਾਂ ਨੂੰ ਟਿਕਟ ਦਿੱਤੀ ਜਸਵੀਰ ਸਿੰਘ ਗੜੀ ਸਾਹਿਬ ਕਹਿੰਦੇ ਸਮਾਜਿਕ ਤੌਰ ਤੇ ਬੜੇ ਸਰਗਰਮ ਨੇ ਉਹ ਰਾਜਨੀਤਿਕ ਤੌਰ ਦੇ ਉੱਤੇ ਬੜੇ ਸਰਗਰਮ ਨੇ ਤੇ ਜਦੋਂ ਉਹਨਾਂ ਨੂੰ ਟਿਕਟ ਦਿੱਤੀ ਗਈ ਹੈ ਤੇ ਬੀਬੀ ਮਾਇਆਵਤੀ ਤੇ ਬੈਨੀਵਾਰ ਸਾਹਿਬ ਦਾ ਨੰਬਰ ਜਿਹੜਾ ਨਾਮ ਲਿਖਿਆ ਗਿਆ ਵਿੱਚ ਇੰਚਾਰਜ ਸਾਹਿਬ ਦਾ ਕਿ ਪਾਈ ਉਹਨਾਂ ਨੇ ਰეკਮੈਂਡ ਕੀਤਾ ਤੇ ਅਸੀਂ ਇਹਨਾਂ ਨੂੰ ਟਿਕਟ ਦੇ ਰਹੇ ਹਾਂ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਫਿਰੋਜ਼ਪੁਰ ਉਹ ਲੋਕ ਸਭਾ ਹਲਕਾ ਜਿੱਥੋਂ ਮੋਹਨ ਸਿੰਘ ਫੜੀਆਂ ਵਾਲਾ ਕਦੇ ਬੌਝਨ ਸਮਾਜ ਪਾਰਟੀ ਦੀ ਟਿਕਟ ਦੇ ਉੱਤੇ ਜਿੱਤ ਕੇ ਐਮਪੀ ਬਣਦੇ ਰਹੇ ਆ ਫਿਰੋਜ਼ਪੁਰ ਬਸਪਾ ਦੇ ਲਈ ਕੋ ਨਵਾਂ ਹਲਕਾ ਨਹੀਂ ਇੱਥੋਂ ਚੋਣਾਂ 'ਚ ਹਾਥੀ ਤੇ ਵੋਟਾਂ ਲੈ ਕੇ ਐਮਪੀ ਬਣੇ ਸੀ ਮੋਹਨ ਸਿੰਘ ਫੜੀਆਂ ਵਾਲਾ ਮੈਨੂੰ ਅਜੇ ਤੱਕ ਜ਼ਿਆਦਾ ਮੈਂ ਛੋਟਾ ਹੁੰਦਾ ਸੀ ਉਦੋਂ ਤੇ ਉਸ ਹਲਕੇ ਦੇ ਵਿੱਚ ਕੀ ਬੌਝਨ ਸਮਾਜ ਪਾਰਟੀ ਨੂੰ ਕਿਉਂਕਿ ਦਬਿਆ ਕੁਚਣੇ ਦੀ ਪਾਰਟੀ ਉਹ ਕਹਿੰਦੇ ਆ ਉਹ ਕਹਿੰਦੇ ਆ ਕਿ ਭਾਈ ਸਾਡੇ ਵਰਕਰਾਂ ਦੇ ਕੋਲੇ ਬਹੁਤਾ ਕੋਈ ਪੈਸਾ ਨਹੀਂ ਪਰ ਜਜ਼ਬਾ ਬਹੁਤ ਹੈ। ਕੀ ਫਿਰੋਜ਼ਪੁਰ ਦੇ ਵਿੱਚ ਬੋਜਨ ਸਵਾਈ ਪਾਰਟੀ ਦੇ ਕੋਲੇ ਕੋਈ ਹੋਰ ਵਰਕਰ ਨਹੀਂ ਸੀ ਜਿਹਨੇ ਪਿਛਲੇ 10-20 ਸਾਲਾਂ ਦੇ ਵਿੱਚ BSP ਦੇ ਲਈ ਪੋਲਿੰਗ ਬੂਥ ਲਾਇਆ ਹੋਣ ਜਾਂ ਕੁਛ ਹੋਰ ਕੀਤਾ ਹੋਵੇ। ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਉਦੋਂ ਅਕਾਲੀਆਂ ਨਾਲ ਸਮਝੌਤਾ ਹੋਇਆ ਸੀ। ਉਦੋਂ ਵੀ ਬੋਜਨ ਸਵਾਈ ਪਾਰਟੀ ਨੇ ਕਈ ਜਗ੍ਹਾ ਇਹਦੇ ਕੀਤਾ ਸੀਟ ਉਹਨਾਂ ਦੇ ਖਾਤੇ ਦੇ ਵਿੱਚ ਬੰਦੇ ਅਕਾਲੀਆਂ ਤੋਂ ਲੈ ਲੈ ਕੇ ਚੋਣਾਂ ਲੜੀਆਂ ਮੁੜ ਕੇ ਉਧਰਲੇ ਪਾਸੇ ਵਾਪਸ ਚਲੇ ਗਏ। ਸਮਝ ਨਹੀਂ ਆਈ ਇਹ ਰਣਨੀਤੀ ਕੀ ਹੈ ਤੇ ਦੂਸਰੇ ਪਾਸੇ ਕੋਈ ਬੰਦਾ ਇਹ ਨਾ ਸਮਝੇ ਕਿ ਭਾਈ ਮੁੰਡਾ ਜਿਹੜਾ ਆਮ ਆਦਮੀ ਪਾਰਟੀ ਦਾ ਐਮਐਲਏ ਤੇ ਬਾਪੂ ਬੋਜਨ ਸਮਾਜ ਪਾਰਟੀ ਵੱਲੋਂ ਚੋਣ ਲੜ ਰਿਹਾ ਉਹ ਤਾਂ ਦੋ ਪਾਰਟੀਆਂ ਚ ਹੋਰ ਵੀ ਅਜੇ ਸ਼ਾਮਲ ਹੋ ਕੇ ਟੇ ਬਸਪਾ ਉਹਨਾਂ ਦੇ ਲਈ ਕੋਈ ਇਦਾਂ ਨਹੀਂ ਹੈ ਕਿ ਭਾਈ ਬਹੁਤ ਹੈਰਾਨੀ ਹੋਈ ਉਹਨਾਂ ਨੂੰ ਕਿ ਨਵੀਂ ਪਾਰਟੀ ਚ ਗਿਆ ਉਹ ਪਹਿਲਾਂ ਵੀ ਚਲੇ ਜਾਂਦੇ ਹੁੰਦੇ ਆ ਸੁਰਿੰਦਰ ਕੰਬੋਜ ਹੋਰੀ ਪਰ ਪਿੱਛੇ ਜੇ ਵੀ ਇੱਕ ਵਾਰੀ ਇੱਕ ਰਫੜ ਪੈ ਗਿਆ ਸੀ ਉਦੋਂ ਜਦੋਂ ਪੱਤਰਕਾਰਾਂ ਨੇ ਗੋਲਦੀ ਕੰਬੋਜ ਹੋਰਾਂ ਨੂੰ ਪੁੱਛਿਆ ਕਿ ਭਾਈ ਤੁਹਾਡੇ ਫਾਦਰ ਸਾਹਿਬ ਦਾ ਚਰਚਾ ਚੱਲਦਾ ਉਹ ਕਹਿੰਦੇ ਸੀ ਮੇਰਾ ਕੋਲ ਲੈਣਾ ਦੇਣਾ ਹੀ ਨਹੀਂ ਮੈਂ ਤਾਂ ਉਹਨਾਂ ਨੂੰ ਬਦਖਲ ਕੀਤਾ ਹੋਇਆ ਹਾਂ ਹਾਂ ਅਨੇ ਇਹ ਇਹ ਚੀਜ਼ ਤਾਂ ਹੈਗੀ ਆ ਚਲੋ ਪਰਿਵਾਰਾਂ ਚ ਵਾਦਗਾਟ ਹੁੰਦੀ ਆ ਇਹ ਤਾਂ ਹੁਣ ਉਥੋਂ ਦੇ ਲੋਕ ਮੇਰਾ ਖਲ ਜਿਹੜੇ ਵੋਟਰ ਨੇ ਉਹਨਾਂ ਨੇ ਦੇਖਣਾ ਕਿ ਉਹ ਕਿਵੇਂ ਦੇਖਦੇ ਨੇ ਦੋਨਾਂ ਕੈਂਡੀਡੇਟਸ ਨੂੰ ਕਿ ਵੀ ਜਿਹੜਾ ਪੁੱਤਰ ਹੈ ਉਹ ਐਮਐਲਏ ਹੈ ਦੂਸਰੇ ਪਾਸੇ ਪਿਤਾ ਜਿਹੜਾ ਹੈ ਉਹ ਕਿ ਹੋਰ ਪਾਰਟੀ ਵੱਲੋਂ ਕੈਂਡੀਡੇਟ ਹੈ ਜਦੋਂ ਉਥੇ ਚੋਣ ਪ੍ਰਚਾਰ ਹੁੰਦਾ ਹੋਊਗਾ ਉਦੋਂ ਲੋਕ ਕਿਵੇਂ ਉਹ ਸਾਰੇ ਕੁਝ ਨੂੰ ਦੇਖਣਗੇ ਪਰ ਇਹ ਵਾਦਾ ਘਾਟਾਂ ਚੱਲਦੀਆਂ ਰਹਿਣੀਆਂ ਕਿਉਂਕਿ ਕੁਝ ਪਤਾ ਨਹੀਂ ਲੱਗਦਾ ਵੀ ਕੌਣ ਕਿੱਥੋਂ ਕਿਹਨੂੰ ਥਾਪੜਾ ਦੇ ਦੇ ਹੁਣ ਚਰਚਾ ਕੱਲ ਦੀ ਅੰਮ੍ਰਿਤਸਰ ਵਾਲੇ ਪਾਸੇ ਵੀ ਤੇ ਚੱਲੀ ਨਾ ਜਦੋਂ ਆਪਣੇ ਅਨਿਲ ਜੋਸ਼ੀ ਹੋਰਾਂ ਨੂੰ ਮਜੀਠੀਆ ਸਾਹਿਬ ਨੇ ਇੱਕ ਤਰ੍ਹਾਂ ਨਾਲ ਥਾਪੜਾ ਦਿੱਤਾ ਉਹ ਕਹਿੰਦੇ ਵੀ ਦੇਖੋ ਪਾਰਟੀ ਨੇ ਐਲਾਨ ਤੇ ਜਬਾਤ ਚ ਕਰਨਾ ਪਰ ਜੇ ਤੁਸੀਂ ਸਾਡੇ ਦਿਲ ਦੀ ਆਵਾਜ਼ ਸਮਝੋ ਨਾ ਇਹ ਸਾਡੇ ਦਿਲੋਂ ਆਵਾਜ਼ ਕੋ ਆਉਂਦੀ ਆ ਉਹ ਇਹ ਆ ਵੀ ਅੰਮ੍ਰਿਤਸਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹੋਣੇ ਚਾਹੀਦੇ ਆ ਅਨਿਲ ਜੋਸ਼ੀ ਸਾਹਿਬ ਹੁਣ ਤੁਸੀਂ ਦੇਖੋ ਵੀ ਅਨਿਲ ਜੋਸ਼ੀ ਸਾਹਿਬ ਉਦੋਂ ਦੇ ਮਤਲਬ ਸਾਂਚ ਨੇ ਅਕਾਲੀ ਦਲ ਦੇ ਨਾਲ ਜਦੋਂ ਬੀਜੇਪੀ ਚ ਹੁੰਦੇ ਸੀ ਬੀਜੇਪੀ ਚ ਉਹਨਾਂ ਨੇ ਪਾਰਟੀ ਛੱਡੀ ਪਾਰਟੀ ਛੱਡ ਕੇ ਉਹ ਅਕਾਲੀ ਦਲ ਚ ਆ ਗਏ ਅਕਾਲੀ ਦਲ ਉਹਨਾਂ ਨਾਲ ਬਣਾ ਲਿਆ ਤੇ ਹੁਣ ਮੈਂ ਅਕਾਲੀ ਦਲ ਚ ਆ ਤੇ ਮਜੀ ਉਹਨਾਂ ਦੀ ਪੇਟ ਤੇ ਅੱਖ ਖਲੋਣਾ ਤੇ ਉਹ ਆਖਣ ਭੀ ਅਮਰ ਸਰੋਂ ਭਾਈ ਸਾਹਿਬ ਜਿਸ ਕੋਈ ਉਮੀਦਵਾਰ ਹੋਵੇ ਤੇ ਉਹ ਅਨਲ ਜੋਸ਼ੀ ਹੋਣਾ ਚਾਹੀਦਾ ਆਪਾਂ ਨਾਲ ਹੈ ਇਹਦਾ ਮਤਲਬ ਇਹ ਹੋ ਗਿਆ ਵੀ ਜੇ ਉਤਮਜੀਠਿਆ ਸਾਹਿਬ ਨੂੰ ਟਿਕਟ ਨਹੀਂ ਮਿਲਦੀ ਉਹ ਗਾਂ ਅਨਲ ਜੋਸ਼ੀ ਸਾਹਿਬ ਨੂੰ ਕਹਿੰਦੇ ਆ ਤੇ ਇਹਦਾ ਮਤਲਬ ਮਜੀਠਿਆ ਸਾਹਿਬ ਨਾਲ ਹੀ ਨੇ ਇਹਦਾ ਮਤਲਬ ਜੇ ਉਹਨਾਂ ਨੇ ਕਹਿਤਾ ਤੇ ਟਿਕਟ ਲਗਭਗ ਤੈ ਹੈ ਜਾਂ ਵੀ ਸ਼ਾਇਦ ਮਿਲ ਵੀ ਜਾਊਗੀ ਇਹ ਹੁਣ ਜਿੱਦਾਂ ਅਨਾਉਂਸਮੈਂਟ ਤੋਂ ਪਹਿਲਾਂ ਰეკਮੈਂਡੇਸ਼ਨਾਂ ਨੇ ਇਹ ਵੀ ਬੜੀਆਂ ਹੈਰਾਨ ਕਰਨ ਵਾਲੀਆਂ ਨੇ ਨਹੀਂ ਦੇਖੋ ਹਰ ਲੀਡਰ ਦਾ ਇੱਕ ਪ੍ਰਭਾਵ ਹੁੰਦਾ ਤੇ ਸਿਆਸੀ ਭਾਰ ਹੁੰਦਾ ਮਜੀਠੀਆ ਸਾਹਿਬ ਦਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪ੍ਰਭਾਵ ਤੇ ਭਾਰ ਦੋਨੇ ਹੈਗੇ ਆ। ਉਹਨਾਂ ਨੇ ਕਿਹਾ ਨਾ ਕਿ ਹਾਈ ਕਮਾਂਡ ਦੇ ਨਾਲ ਗੱਲ ਕਰਾਂਗੇ ਕਿ ਭਾਈ ਜੋਸ਼ੀ ਸਾਹਿਬ ਦੀ ਟਿਕਟ ਛੇਤੀ ਅਨਾਉਂਸ ਕਰ ਦਿਓ। ਵੈਸੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਜਦੋਂ ਅਮਰitsar ਲੋਕ ਸਭਾ ਹਲਕੇ ਦੇ ਵਿੱਚੋਂ ਪੰਜਾਬ ਬਚਾਓ ਯਾਤਰਾ ਕੱਢੀ ਸੀ ਤੇ ਜਿਸ ਤਰੀਕੇ ਜੀਪ ਦੇ ਵਿੱਚ ਜੋਸ਼ੀ ਸਾਹਿਬ ਉਹਨਾਂ ਦੇ ਨਾਲ ਖਲੋਤੇ ਸੀ ਉੱਥੋਂ ਪਤਾ ਲੱਗਿਆ ਸੀ ਕਿ ਟਿਕਟ ਤਾਂ ਗਰੀਨ ਕਲੀਅਰ ਹੈ। ਹੁਣ ਤਾਂ ਮਜੀਠੀਆ ਸਾਹਿਬ ਦੇ ਕਹਿਣ ਤੋਂ ਬਾਅਦ ਹੋਰ ਵੀ ਸਥਿਤੀਆਂ ਠੀਕ ਹੋ ਗਈਆਂ। ਹੁਣ ਸੰਧਾਲੀਆ ਸਭ ਤੁਸੀਂ ਦੇਖੋ। ਜਦੋਂ ਮਜੀਠੀਆ ਸਾਹਿਬ ਨੂੰ ਪੁੱਛਿਆ ਇਦਾ ਮਤਲਬ ਹੈ ਕਿ ਬੀਬੀ ਜਗੀਰ ਕੌਰ ਤੇ ਸਰਦਾਰ ਬਿਰਸਾ ਸਿੰਘ ਬਲਟੋਆ ਦੋਹੀ ਉਮੀਦਵਾਰ ਰਹਿ ਗਏ ਜਿਨ੍ਹਾਂ ਨੂੰ ਖਡੂਰ ਸਾਹਿਬ ਤੋਂ ਹੁਣ ਸ਼੍ਰੋਮਣੀ ਅਕਾਲੀ ਦਲ ਵਿਚਾਰੂਗਾ ਕਿ ਉਹਨਾਂ ਦੇ ਵਿੱਚੋਂ ਟਿਕਟਾਂ ਨੂੰ ਦੇਣੀ ਹੈ ਮੈਂ ਅੱਗੇ ਤੁਰਦਾ ਹਾਂ ਭੁਰਕ ਜੇ ਮੈਂ ਅੱਗੇ ਤੁਰਾਂ ਤਾਂ ਸੰਧਾਲੀਆ ਸਾਹਿਬ ਇੱਕ ਲਿਸਟ ਜਾਰੀ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਹੁਰਾਂ ਦੀ ਪਾਰਟੀ ਨੇ ਅੱਧੀ ਦਰਜਣ ਦੇ ਕਰੀਬ ਉਮੀਦਵਾਰ ਉਹਨਾਂ ਨੇ ਪਹਿਲੇ ਐਲਾਨੇ ਆ ਮਾਨ ਸਾਹਿਬ ਖੁਦ ਸੰਗਰੂਰ ਤੋਂ ਚੋਣ ਲੜ ਰਹੇ ਨੇ ਸਿਟਿੰਗ ਐਮਪੀ ਨੇ ਹੁਣ ਤਿੰਨ ਜਿਹੜੀਆਂ ਸੀਟਾਂ ਨੇ ਉਨ੍ਹਾਂ ਦੇ ਵਿੱਚੋਂ ਇੱਕ ਫਰੋਜ਼ਪੁਰ ਹੈ ਦੂਸਰੀ ਖਡੂਰ ਸਾਹਿਬ ਹੈ ਤੀਸਰੀ ਅਮਰਸਰ ਹੈ ਦੋ ਸੀਟਾਂ ਦੀ ਬੜੀ ਚਰਚਾ ਕਿ ਅਕਾਲੀ ਦਲ ਅਮਰਸਰ ਨੇ ਜਿਹੜੇ ਕੈਂਡੀਡੇਟ ਦਿੱਤੇ ਆ ਇੱਕ ਤਾਂ ਅਮਰਸਰ ਤੋਂ ਉਮੀਦਵਾਰ ਬਣਾਇਆ ਗਿਆ ਸਰਦਾਰ ਈਮਾਨ ਸਿੰਘ ਮਾਨਹੁਰਾਣ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਦੇ ਬੇਟੇ ਨੇ ਜਿੱਥੋਂ ਤੱਕ ਮੈਨੂੰ ਯਾਦ ਹੈ ਪਹਿਲਾਂ ਉਹ ਸ਼ਾਇਦ ਐਸਪੀਸੀ ਦੀ ਚੋਣ ਵੀ ਲੜ ਚੁੱਕੇ ਆ ਸੋ ਹੁਣ ਸ਼੍ਰੋਮਣੀ ਅਕਾਲੀ ਦਲ ਅਮਰਸਰ ਵੱਲੋਂ ਇੱਕੋ ਪਰਿਵਾਰ ਦੇ ਵਿੱਚੋਂ ਦੋ ਜਣੇ ਚੋਣ ਲੜਨਗੇ ਬਾਕੀ ਸਿਆਸੀ ਪਾਰਟੀਆਂ ਦੇ ਬਹੁਤ ਸਾਰੇ ਲੀਡਰ ਵੀ ਇਦਾਂ ਕਰਦੇ ਆ ਤੇ ਇਧਰਲੇ ਪਾਸੇੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਹੁਣ ਸੰਗਰੂਰ ਤੋਂ ਹੋਣਗੇ ਤੇ ਅਮਰitsar ਤੋਂ ਸਰਦਾਰ ਈਮਾਨ ਸਿੰਘ ਮਾਨ ਹੋਣਗੇ ਤੇ ਜੇ ਤੁਸੀਂ ਫਿਰੋਜ਼ਪੁਰ ਵਾਲੇ ਪਾਸੇ ਚਲੋ ਉੱਥੋਂ ਜਿਹਨਾਂ ਨੂੰ ਟਿਕਟ ਦਿੱਤੀ ਗਈ ਹੈ ਉਹ ਇੱਕ ਬਹੁਤ ਚਰਚਿਤ ਨਾਇਆ ਜੈਪਾਲ ਭੁੱਲਰ ਕੋਈ ਗੈਂਗਸਟਰ ਕਹਿੰਦਾ ਕੋਈ ਕੁਛ ਕਹਿੰਦਾ ਉਹਨਾਂ ਦੇ ਪਿਤਾ ਜੀ ਨੂੰ ਜੇ ਮੈਂ ਗਲਤ ਨਹੀਂ ਤਾਂ ਉਹਨਾਂ ਦਾ ਨਾਮ ਜਿਹੜਾ ਉਸਾ ਭਪਿੰਦਰ ਸਿੰਘ ਹੈ ਉਹਨਾਂ ਨੂੰ ਟਿਕਟ ਦਿੱਤੀ ਗਈ ਹੈ ਹੁਣ ਜੈਪਾਲ ਭੁੱਲਰ ਦੇ ਪਿਤਾ ਜੀ ਜਿਹੜੇ ਨੇ ਉਹ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਫਿਰੋਜ਼ਪੁਰ ਤੋਂ ਚੋਣ ਲੜਨਗੇ ਜਿੱਥੋਂ ਬਹੁਜਨ ਸਮਾਜ ਪਾਰਟੀ ਨੇ ਟਿਕਟ ਦਿੱਤੀ ਹੈ ਸੁਰਿੰਦਰ ਕੰਬੋਜ ਹੋਰਾਂ ਨੂੰ ਹੁਣ ਇਹ ਵੀ ਹੋ ਸਕਦਾ ਦੇਖੋ ਕਿੰਨੀਆਂ ਵੋਟਾਂ ਪੈਂਦੀਆਂ ਕਿੰਨੀਆਂ ਨਹੀਂ ਪੈਂਦੀਆਂ ਇਹ ਬਾਤ ਦੀ ਗੱਲ ਹੈ ਪਰ ਸੰਧਾ ਵਾਲਿਆ ਸਭ ਸ਼ਾਇਦ ਇੱਕ ਨੁਕਤਾ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਥੋੜ੍ਹਾ ਜਿਹਾ ਉਭਰੇਗਾ ਕਿ ਪੰਜਾਬ ਦੇ ਨੌਜਵਾਨ ਗੈਂਗਸਟਰ ਕਿਉਂ ਬਣਦੇ ਆ ਉਹ ਰਾਹੋਂ ਕਾਹੇ ਕਿਉਂ ਪੈਂਦੇ ਆ ਉਹਨਾਂ ਦੇ ਗੈਂਗਸਟਰ ਬਣਨ ਦੀ ਕਹਾਣੀ ਕੀ ਹੈ ਕਿਉਂਕਿ ਪਹਿਲਾਂ ਕਈ ਵਾਰ ਚਰਚਾ ਚੱਲਦੀ ਸੀ ਨਾ ਕਿ ਜਿਹੜੇ ਨੌਜਵਾਨ ਪੰਜਾਬ ਦੇ ਖੇਡਾਂ ਦੇ ਵਿੱਚ ਬੜੇ ਚੰਗੇ ਹੁੰਦੇ ਆ ਸਰੀਰੋਂ ਤਕੜੇ ਹੁੰਦੇ ਆ ਕਈ ਵਾਰੀ ਲੀਡਰ ਉਹਨਾਂ ਨੂੰ ਵਰਤ ਜਾਂਦੇ ਆ ਸਿਆਸੀ ਤੌਰ ਦੇ ਉੱਤੇ ਆਪਣੇ ਹਿੱਤਾਂ ਦੀ ਪੂਰਤੀ ਦੇ ਲਈ ਕਈ ਵਾਰੀ ਵੀ ਚਰਚਾ ਚੱਲਦੀ ਹੁੰਦੀ ਆ ਕਿ ਸ਼ੁਰੂ ਦੇ ਵਿੱਚ ਜੇ ਕਿਸੇ ਨਾਲ ਤੱਕਾ ਹੁੰਦਾ ਤੇ ਕਈ ਵਾਰੀ ਮੁੰਡੇ ਗੈਂਗਸਟਰ ਬਣ ਜਾਂਦੇ ਆ ਪਰ ਸਾਰੇ ਇਦਾਂ ਵੀ ਨਹੀਂ ਕਈਆਂ ਨੂੰ ਵੈਸੇ ਹੀ ਬੜਾ ਚਾਚੂਜਿਆ ਹੁਣ ਕਈ ਵੈਸੇ ਔਲੱਥ ਜੇ ਹੁੰਦੇ ਆ ਸੋ ਕਿਤੇ ਨਾ ਕਿਤੇ ਇਹ ਮੁੱਦਾ ਹੁਣ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਬਰੋਂ ਫਿਰੋਜ਼ਪੁਰ ਤੋਂ ਜੈਪੁਰ ਪੁਲਨਰ ਹੋਰਾਂ ਦੇ ਪਿਤਾ ਜੀ ਨੂੰ ਟਿਕਟ ਦੇਣ ਤੋਂ ਬਾਅਦ ਉਭਰੂਗਾ ਜ਼ਰੂਰ ਮੈਨੂੰ ਲੱਗਦਾ ਬਾਕੀ ਵਿਚਾਰ ਤੁਸੀਂ ਦੇ ਦਿਓ ਬਿਲਕੁਲ ਉਭਰੂਗਾ ਕਿਉਂਕਿ ਦੇਖੋ ਨਾ ਜਿਸ ਤਰ੍ਹਾਂ ਇਸ ਵਕਤ ਜੇ ਆਪਾਂ ਟਿਕਟਾਂ ਵੰਡਣ ਦੇ ਹਿਸਾਬ ਨਾਲ ਦੇਖੀਏ ਆਮ ਤੌਰ ਤੇ ਜਦੋਂ ਸਿਮਰਦੀ ਸਿੰਘ ਮਾਨ ਹੋਰੀ ਜੇ ਮੰਨ ਲਓ ਸੰਗਰੂਰ ਵਾਲੀ ਉਹ ਜ਼ਮੀਨੀ ਚੋਣ ਨਾ ਹੁੰਦੀ ਉਸ ਤੋਂ ਪਹਿਲਾਂ ਜਿੱਦੋਂ ਆਪ વિધાનસભા ਚੋਣਾਂ ਦੀ ਗੱਲ ਕਰਦੇ ਨਹੀਂ ਸੀ ਕੋਈ ਗੱਲ ਬਣੀ ਤੇ ਬੜੀ ਇੱਕ ਚਰਚਾ ਜੀ ਚੱਲਣ ਲੱਗ ਪਈ ਸੀ ਕਿ ਉਹ ਕਹਿੰਦੇ ਜੀ ਕੋਸ਼ਿਸ਼ ਕਰਦੇ ਨੇ ਬੜੇ ਚਿਰ ਤੋਂ ਮਾਨਸਾ ਪਰ ਗੱਲ ਬਣਦੀ ਨਹੀਂ ਪਰ ਅਚਾਨਕ ਜਦੋਂ ਸੰਗਰੂਰੋਂ ਐਮਪੀ ਬਣੇ ਦੁਬਾਰਾ ਕਹਿ ਲਓ ਕਿ ਵੀ ਜਿੱਦਾਂ ਪਾਰਟੀ ਜਿਉਂਦੀ ਹੁੰਦੀ ਹੈ ਉਸ ਤੋਂ ਬਾਅਦ ਲਗਾਤਾਰ ਸਰਗਰਮੀਆਂ ਕੀਤੀਆਂ ਉਹਨਾਂ ਨੇ ਕਈ ਥਾਵਾਂ ਤੇ ਟੱਕਰ ਦਿੱਤੀ ਜੇ ਆਪਾਂ ਲਾਸਟ ਜਿਹੜੀ ਜਲੰਧਰ ਵਾਲੀ ਜ਼ਿਮਨੀ ਚੋਣ ਹੋਈ ਸੀ ਉੱਥੋਂ ਹੀ ਉਹਨਾਂ ਨੇ ਆਪਣਾ ਕੈਂਡੀਡੇਟ ਖੜਾ ਕੀਤਾ ਸੀ ਤੇ ਹੁਣ ਜਿਹੜਾ ਉਹਨਾਂ ਨੇ ਦੁਬਾਰਾ ਉਸ ਤੋਂ ਬਾਅਦ ਆ ਜੇ ਟਿਕਟਾਂ ਵੰਡਣ ਦੀ ਆਪਾਂ ਗੱਲ ਕਰੀਏ ਤੇ ਉਹਦੇ ਵਿੱਚ ਪਹਿਲ ਕਦਮੀ ਕੀਤੀ ਆਪਣੇ ਲਗਭਗ ਸਾਰੇ ਹਲਕਿਆਂ ਤੋਂ ਆਪਣੇ ਉਮੀਦਵਾਰ ਖੜੇ ਕਰਨ ਦੀ ਟਰਾਈ ਕਰਦੇ ਪਏ ਆ ਉਹਦੇ ਤੋਂ ਇੱਕ ਗੱਲ ਤੇ ਹੈਗੀ ਆ ਵੀ ਜਿਹੜੀ ਉਹਨਾਂ ਦੀ ਵਿਚਾਰਧਾਰਾ ਜਾਂ ਜਿਹੜੇ-ਜਿਹੜੇ ਮੁੱਦੇ ਵੀ ਉਹ ਪੰਜਾਬ ਦੇ ਵਿੱਚ ਚੁਟਹਾਉਂਦੇ ਨੇ ਜਾਂ ਉਹਨਾਂ ਦੀ ਪਾਰਟੀ ਚੁੱਕਦੀ ਆ ਉਹਨਾਂ ਸਾਰੇ ਮੁੱਦਿਆਂ ਦੀ ਜੇ ਹੋਰ ਕੁਝ ਨਹੀਂ ਚਰਚਾ ਤੇ ਜ਼ਰੂਰ ਹੋਊਗੀ ਨਾ ਮੀਡੀਆ ਦੇ ਵਿੱਚ ਵੀ ਹਾਂ ਯਾਰ ਆ ਪਾਰਟੀ ਐਸਜੀ ਦੇ ਉੱਪਰ ਇਲੈਕਸ਼ਨ ਲੜਦੀ ਪਈ ਆ ਆ ਪਾਰਟੀ ਐਸਜੀ ਤੇ ਇਲੈਕਸ਼ਨ ਲੜਦੀ ਪਈ ਆ ਤੇ ਉਹਦੇ ਚੋਂ ਇੱਕ ਤੇ ਰਾਹ ਹੈ ਸ਼੍ਰੋਮਣੀ ਅਕਾਲੀ ਦਲ ਅਮਰਸਰ ਇਹਨਾਂ ਦੇ ਕੋਲ ਆ ਮੁੱਦੇ ਨੇ ਆ ਮਸਲੇ ਨੇ ਜਿੰਨਾ ਮਸਲਿਆਂ ਮੁੱਦਿਆਂ ਦੇ ਉੱਪਰ ਉਹ ਆਪਣੀ ਗੱਲ ਜਿਹੜੀ ਆ ਉਹ ਰੱਖਣੀ ਚਾਹੁੰਦੇ ਆ ਇਹ ਤੇ ਗੱਲ ਪੱਕੀ ਆ ਵੀ ਉਹਦੀ ਚਰਚਾ ਜ਼ਰੂਰ ਛੜੂਗੀ ਉਹਨਾਂ ਮੁੱਦਿਆਂ ਦੀ ਜੀ ਸੰਧਾਲੀਆ ਸਭ ਗੱਲ ਤੁਹਾਡੀ ਠੀਕ ਹੈ ਚਰਚਾ ਛੜਨੀ ਵੀ ਚਾਹੀਦੀ ਆ ਤੇ ਨਾਲ ਦੀ ਨਾਲ ਮੈਂ ਬਲਾਂਸਿੰਗ ਰਾਮੂ ਵਾਲੀਆ ਸਾਹਿਬ ਦਾ ਜ਼ਿਕਰ ਕਰ ਲਵਾਂ ਲੁਧਿਆਣੇ ਕਰ ਲਈ ਮੀਟਿੰਗ ਕਰ ਲਈ ਲੋਕ ਭਲਾਈ ਪਾਰਟੀ ਇਕੱਠੀ ਜਿਹਦੇ ਉਮੀਦਵਾਰ ਦੇ ਤੌਰ ਤੇ ਕਦੇ ਬਲਾਂਸਿੰਗ ਰਾਮੂ ਵਾਲੀਆ ਸਾਹਿਬ ਪੌਣੇ ਤੋਂ 2 ਲੱਖ ਤੋਂ ਵੱਧ ਵੋਟਾਂ ਲੁਧਿਆਣੇ ਇਸੇ ਹੀ ਹਲਕੇ ਚ ਲੈ ਗਿਆ ਸੀ ਆਸੀਸੀ ਕੇ ਕਹਿਣ ਕੇ ਕਿ ਅਸੀਂ 5-7 ਉਮੀਦਵਾਰ ਖੜੇ ਕਰਨੇ ਆ। ਆਸੀਸੀ ਕੇ ਰਾਮੂ ਵਾਲੀਆ ਸਾਹਿਬ ਕਿਤੇ ਆਪ ਵੀ ਇਲੈਕਸ਼ਨ ਲੜ ਲੈਣਗੇ। ਪਰ ਰਾਮੂ ਵਾਲੀਆ ਸਾਹਿਬ ਨੇ ਇਦਾਂ ਨਹੀਂ ਕੀਤੀ। ਉਹ ਕਹਿੰਦੇ ਜੀ ਦੇਖੋ ਗੱਲ ਇਹ ਆ ਕਿ 35 ਸਾਲ ਹੋ ਗਿਆ ਪੰਜਾਬ ਦਾ ਕਿਸੇ ਪਾਰਟੀ ਨੇ ਸੋਚਿਆ ਨਹੀਂ। 35 ਸਾਲ ਹੋ ਗਿਆ ਪੰਜਾਬ ਨਿਚੜ ਰਿਹਾ। 35 ਸਾਲ ਹੋ ਗਿਆ ਪੰਜਾਬ ਦੀ ਸਥਿਤੀ ਲਗਾਤਾਰ ਦਿਨੋਂ ਦਿਨ ਨਿੱਗਰਦੀ ਜਾ ਰਹੀ ਹੈ, ਵੇਖੀ ਨਹੀਂ ਜਾਂਦੀ ਕਹਿੰਦੇ ਸੰਧਾਲੀਆ ਸਾਹਿਬ। ਜੀ ਹੁਣ ਉਹ ਕਹਿੰਦੇ ਜੀ ਸਾਡੀ ਪਾਰਟੀ ਸਰਕਾਰ ਮੈਂ ਤੇ ਅਸੀਂ ਆਉਣ ਵਾਲੇ ਦਿਨਾਂ ਵਿੱਚ ਫੈਸਲਾ ਕਰਾਂਗੇ ਕਿ ਅਸੀਂ ਕਿਹੜੀ ਪੰਜਾਬ ਪੱਖੀ ਪਾਰਟੀ ਨੂੰ ਲੋਕ ਸਭਾ ਚੋਣਾਂ ਦੇ ਵਿੱਚ ਹਮਾਇਤ ਦੇਣੀ ਹੈ ਨਹੀਂ ਗੱਲ ਵਧੀਆ ਚਲੋ ਰਾਮੂ ਵਾਲੀਆ ਸਾਹਿਬ ਹੁਣ ਦੁਬਾਰਾ ਆਪਣੀ ਪਾਰਟੀ ਰਿਵਾਈਵ ਕਰਕੇ ਹਮਾਇਤ ਦੇ ਰਹੇ ਨੇ ਤੇ ਹੋ ਸਕਦਾ ਉਹਨਾਂ ਦੇ ਵਿਰੋਧੀ ਇਹ ਗੱਲ ਜ਼ਰੂਰ ਰਾਮੂ ਵਾਲੀਆ ਸਾਹਿਬ ਨੂੰ ਕਹਿਣ ਕਿ ਜੇ 35 ਸਾਲ ਪੰਜਾਬ ਨੂੰ ਵੇਖਦੇ ਆ ਉਹਨਾਂ ਨੂੰ ਹੋ ਗਿਆ ਤੇ 35 ਸਾਲਾਂ ਚ ਰਾਮੂ ਵਾਲੀਆ ਸਾਹਿਬ ਨੇ ਪੰਜਾਬ ਚ ਸਿਆਸਤ ਕੀਤੀ ਹੈ ਕਈ ਵਾਰ ਤੇ ਉਹ ਪੰਜਾਬੋਂ ਬਾਹਰ ਵੀ ਸਿਆਸਤ ਕਰ ਆਏ ਨੇ ਉਹਨਾਂ ਦਾ ਪੰਜਾਬ ਦਾ ਕੋਈ ਮਰਮ ਪੱਟੀ ਜੇ ਕੀਤੀ ਹੋਵੇ ਤੇ ਹੋ ਸਕਦਾ ਜੇ ਲੋਕਾਂ ਨੂੰ ਚੇਤੇ ਹੋਈ ਤੇ ਡੈਫੀਨੇਟਲੀ ਜਿਨੂੰ ਉਹ ਕਹਿਣਗੇ ਉਹਨੋਂ ਲੋਕ ਵੋਟਾਂ ਜ਼ਰੂਰ ਪਾਉਣਗੇ। ਵਟਸਐਪ ਜੇ ਆਪਾਂ ਇਲੈਕਸ਼ਨਾਂ ਦੀ ਗੱਲ ਕਰੀਏ ਤੇ ਉਧਰ ਆਮ ਆਦਮੀ ਪਾਰਟੀ ਵਾਲੇ ਮੈਨੂੰ ਲੱਗਦਾ ਵੀ ਰੋਜ਼ ਅੱਜਕੱਲ ਉਹ ਬਸ ਰਣਨੀਤੀ, ਨਵਾਂ ਕੋ ਸਲੋਗਨ, ਨਵੀਂ ਕੋ ਗੱਲ ਘੜ ਕੇ ਤੇ ਪ੍ਰੈਸ ਪ੍ਰੈਸ ਕਾਨਫਰੰਸਾਂ ਵਾਲਾ ਕੰਮ ਜਿਹੜਾ ਜ਼ਰੂਰ ਕਰਦੇ ਆ। ਪਿਛਲੇ ਦਿਨੀ ਇੱਕ ਉਹਨਾਂ ਨੇ ਸਮੂਹਕ ਵਰਤਾਲਾ ਕੰਮ ਰੱਖਿਆ ਸੀ ਕੇਜਰੀਵਾਲ ਨੂੰ ਅਸ਼ੀਰਵਾਦ ਇਹ ਵਾਲੀ ਮਹਿੰਮ ਚੱਲੀ ਸੀ। ਉਹਦੇ ਨਾਲ ਵੋਟਾਂ ਕਿੰਨੀਆਂ ਪੈਣਗੀਆਂ ਕੁਝ ਪਤਾ ਨਹੀਂ ਪਰ ਹਾਂ ਕੁਝ ਲੋਕ ਇਹ ਅੰਦਾਜ਼ਾ ਜ਼ਰੂਰ ਲਾਉਂਦੇ ਆ ਕਿ ਵੀ ਸ਼ਾਇਦ ਇਹਦੇ ਨਾਲ ਕਿਉਂਕਿ ਇੱਕ ਇਸੇ ਮੁੱਦੇ ਨੂੰ ਆਪਾਂ ਉਹਦਾ ਰਾਜਨੀਤਿਕरण ਕਰਦੇ ਆਂ ਤੇ ਹੌਲੀ-ਹੌਲੀ ਲੋਕਾਂ ਤੱਕ ਗੱਲ ਜਾਂਦੀ ਜ਼ਰੂਰ ਆ। ਹੁਣ ਉਹਨਾਂ ਨੇ ਇੱਕ ਨਵੀਂ ਚੀਜ਼ ਜਿਹੜੀ ਮੈਨਰੇਖਲ ਜੇਲ੍ਹ ਦਾ ਜਵਾਬ ਵੋਟ ਸੇ ਜੇਲ੍ਹ ਦਾ ਜਵਾਬ ਵੋਟ ਨਾਲ ਇਹ ਨਵਾਂ ਇੱਕ ਕਹ ਲੋ ਕਿ ਵੀ ਸਲੋਗਨ ਜਿਹੜੀਆਂ ਇਹ ਲੋਕ ਸਭਾ ਚੋਣਾਂ ਨੇ 2024 ਦੀਆਂ ਉਹਨਾਂ ਦੇ ਲਈ ਕੱਢ ਲਿਆ ਕਿਉਂਕਿ ਉਹ ਕਹਿੰਦੇ ਆ ਵੀ ਸਾਡੇ ਲੀਡਰਾਂ ਨੂੰ ਤੱਕੇ ਨਾਲ ਅੰਦਰ ਰੱਖਿਆ ਜਾ ਰਿਹਾ ਉਹਨਾਂ ਨੂੰ ਇਲੈਕਸ਼ਨ ਨਹੀਂ ਲੜਨ ਦਿੱਤੀ ਜਾ ਰਹੀ ਤੇ ਇਹ ਜਿਹੜਾ ਜ਼ਬਰ ਹੋ ਰਿਹਾ ਇਹਦਾ ਜਵਾਬ ਹੁਣ ਸਾਡੇ ਵੋਟਰ ਸਪੋਰਟਰ ਵਰਕਰ ਤੇ ਲੋਕ ਵੋਟਾਂ ਪਾ ਕੇ ਦੇਣਗੇ ਆਮ ਆਦਮੀ ਪਾਰਟੀ ਇੱਕ ਨਾ ਸੰਧਾਲੀਆ ਸਾਹਿਬ ਇਹ ਗੱਲ ਠੀਕ ਹੈ ਤੁਹਾਡੀ ਕਿ ਸਿਆਸੀ ਤੌਰ ਦੇ ਉੱਤੇ ਉਹ ਬਿਲਕੁਲ ਪ੍ਰਪੇਅਰ ਸੀ ਆਮ ਆਦਮੀ ਪਾਰਟੀ ਵਾਲੇ ਤਿਆਰ ਸਨ ਉਹ ਮਾਨਸਿਕ ਰੂਪ ਦੇ ਵਿੱਚ ਕਿ ਕੇਜਰੀਵਾਲ ਸਾਹਿਬ ਨੇ ਅੰਦਰ ਜਾਣਾ ਹੀ ਹੈ ਤੇ ਬਾਅਦ ਵਿੱਚ ਅਸੀਂ ਕਰਨਾ ਕੀ ਹੈ ਚਾਹੇ ਬੀਬੀ ਸੁਨੀਤਾ ਕੇਜਰੀਵਾਲ ਦੀਆਂ ਪ੍ਰੈਸ ਕਾਨਫਰੰਸਾਂ ਹੋਣ ਚਾਹੇ ਉਹਦੇ ਤੋਂ ਬਾਅਦ ਇੱਕ ਰੈਲੀ ਜਿਹੜੀ ਕੀਤੀ ਗਈ ਸੀ 31 ਤਰੀਕ ਨੂੰ ਉਹ ਹੋਵੇ ਚਾਹੇ ਸਮੂਹਿਕ ਹੜਤਾਲ ਹੋਵੇ ਚਾਹੇ ਆ ਨਵਾਂ ਸਲੋਗਨ ਨਾਰਾ ਹੋਵੇ ਪਰ ਤੁਸੀਂ ਦੇਖੋ ਹੁਣ ਆਮ ਆਦਮੀ ਪਾਰਟੀ ਦੇ ਕੋਲੇ ਚਾਰ ਮੈਨੂੰ ਲੱਗਦਾ ਕਿ ਲੀਡਰ ਹੈਗੇ ਆ ਜਿਹੜੇ ਕੇਜਰੀਵਾਲ ਸਾਹਿਬ ਸੋਦੀਆ ਸਾਹਿਬ ਤੇ ਜੈਨ ਸਾਹਿਬ ਦੀ ਗੈਰ ਹਾਜ਼ਰੀ ਦੇ ਵਿੱਚ ਸਰਗਰਮ ਨੇ ਨੰਬਰ 1 ਦੇ ਉੱਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਨੰਬਰ 2 ਸੰਜੀਤ ਸਿੰਘ ਔਰੀ ਨੇ ਨੰਬਰ 3 ਦੇ ਉੱਤੇ ਡਾਕਟਰ ਸੰਦੀਪ ਪਾਠਕ ਨੇ ਤੇ ਨੰਬਰ 4 ਦੇ ਉੱਤੇ ਬੀਬੀ ਆਤਸ਼ੀ ਸਿੰਘ ਹੈ ਇਹਨਾਂ ਚਾਰਾਂ ਨੂੰ ਤੁਸੀਂ ਵਿਚਰਦੇ ਵੇਖ ਰਹੇ ਹੋ ਇਹਦਾ ਮਤਲਬ ਹੈ ਕਿ ਚਾਰ ਹੀ ਸੂਬੇ ਨੇ ਨਾ ਪੰਜਾਬ ਹੈ ਹਰਿਆਣਾ ਹੈ ਗੁਜਰਾਤ ਹੈ ਆਪਾਂ ਚੰਡੀਗੜ੍ਹ ਨੂੰ ਵੀ ਸੂਬਾ ਹੀ ਮੰਨ ਲੈਣੇ ਆ ਆਸਾਮ ਪਰੇ ਰਹਿਣ ਦਿੰਦੇ ਆ ਚਾਰੀ ਸੂਬਿਆਂ ਦੇ ਵਿੱਚ ਸਰਗਰਮੀਆਂ ਨੇ ਆਮ ਆਦਮੀ ਪਾਰਟੀ ਦੀਆਂ ਸੋ ਇੱਕ ਸੂਬੇ ਨੂੰ ਐਵਰੇਜ ਇਕ ਲੀਡਰ ਆ ਜਾਂਦਾ ਪਰ ਇਸ ਸਾਰੇ ਵਰਤਾਰੇ ਦੇ ਵਿੱਚ ਆਪਾਂ ਇੱਕ ਗੱਲ ਦੇਖੀ ਕਦੇ ਬੀਬੀ ਮਮਤਾ ਬੇਨਰਜੀ ਨੇ ਯਤਨ ਕੀਤਾ ਸੀ ਕਿ ਮੈਂ ਨੈਸ਼ਨਲ ਲੈਵਲ ਦੀ ਲੀਡਰ ਦੇ ਰੂਪ ਦੇ ਵਿੱਚ ਉਭਰਾਂ ਵੱਖ-ਵੱਖ ਸੂਬਿਆਂ ਦੇ ਵਿੱਚ ਉਹਨਾਂ ਨੇ ਤਰਨਮੂਲ ਕਾਂਗਰਸ ਦੀਆਂ ਇਕਾਈਆਂ ਵੀ ਬਣਾਈਆਂ ਸੀ ਜਗਮੀਤ ਸੂਬਰਾੜ ਉਦੋਂ ਪੰਜਾਬ ਦੇ ਵਿੱਚ ਮਮਤਾ ਬੇਨਰਜੀ ਦੀ ਪਾਰਟੀ ਦਾ ਕੰਮ ਕਰ ਸੰਭਲਣ ਲੱਗ ਪਈ ਸੀ ਆਪਾਂ ਸਾਰਿਆਂ ਨੂੰ ਪਤਾ ਚੰਗੇ ਤਰੀਕੇ ਹਰਿਆਣਾ ਦੇ ਵਿੱਚੋਂ ਵੀ ਜਿਹੜੇ ਸੱਜਣ ਮਮਤਾ ਬੇਨਰਜੀ ਦੀ ਪਾਰਟੀ ਦੇ ਪ੍ਰਧਾਨ ਬਣੇ ਸੀ ਉਹ ਕਦੇ ਕਾਂਗਰਸ ਪਾਰਟੀ ਦੀ ਹਰਿਆਣਾ ਕਾਈ ਦੇ ਪ੍ਰਧਾਨ ਹੁੰਦੇ ਸੀ ਤੇ ਅੱਜ ਕੱਲ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਨੇ ਆਪਾਂ ਬਹੁਤੇ ਨਾ ਕੀ ਲੈਣੇ ਆ ਪਰ ਬਾਅਦ ਵਿੱਚ ਮਮਤਾ ਬੇਨਰਜੀ ਨੂੰ ਵੀ ਸਮਝ ਆ ਗਈ ਕਿ ਨਹੀਂ ਬਹੁਤਾ ਕੰਮ ਤਾਂ ਸੂਤ ਨਹੀਂ ਆਉਣਾ ਯੂਪੀ ਦੇ ਵਿੱਚੋਂ ਇੱਕ ਸੀਟ ਉਹਨਾਂ ਨੂੰ ਜ਼ਰੂਰ ਮਿਲੀ ਹੈ ਨਹੀਂ ਤਾਂ ਕੱਲੇ ਉਹ ਪੱਛਮੀ ਬੰਗਾਲ ਤੇ ਇੱਕ ਉੱਤਰ ਦੱਖਣ ਉੱਤਰ ਪੂਰਬ ਭਾਰਤ ਦੇ ਸੂਬੇ 'ਚ ਹੀ ਰਹਿ ਗਿਆ ਸ਼ਰਦ ਪਵਾਰ ਨੇ ਕੋਸ਼ਿਸ਼ ਕੀਤੀ ਸੀ ਉਹਨਾਂ ਦੀ ਆਪਣੀ ਪਾਰਟੀ ਨੂੰ ਜਿਸ ਤਰੀਕੇ ਊਣੀ ਜੀ ਕਰਕੇ ਰੱਖ ਦਿੱਤਾ ਮਹਾਰਾਸ਼ਟਰ 'ਚ ਆਪਾਂ ਸਾਰੇ ਜਾਣਦੇ ਹਾਂ ਇਦਿਨ ਨਾਲ ਨਾਲ ਕੇ ਚੰਦਰ ਸ਼ੇਖਰ ਰਾਓ ਤੇਲੰਗਾਨਾ ਰਾਸ਼ਟਰੀ ਸਮਿਤੀ ਜਾਂ ਭਾਰਤ ਰਾਸ਼ਟਰੀ ਸਮਿਤੀ ਦੇ ਲੀਡਰ ਨੇ ਉਹਨਾਂ ਨੇ ਪਾਰਟੀ ਦਾ ਨਾਮ ਬਦਲ ਕੇ ਤੇਲੰਗਾਨਾ ਤੋਂ ਭਾਰਤ ਰਾਸ਼ਟਰੀ ਸਮਿਤੀ ਕਰ ਦਿੱਤਾ ਸੀ ਪਰ ਉਹਨਾਂ ਦੀ ਪਾਰਟੀ ਤੇਲੰਗਾਨਾ ਦੇ ਵਿੱਚੋਂ ਵੀ ਹਰ ਗਈ ਸੀ ਸੋ ਯਤਨ ਬਹੁਤਿਆਂ ਨੇ ਕੀਤੇ ਬੀਬੀ ਮਾਇਆਵਤੀ ਕਦੇ ਰਾਸ਼ਟਰੀ ਪਾਰਟੀ ਬਣਾ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਸੀ ਪਰ ਅੱਜ ਕਿੱਥੇ ਕ ਹੈ ਬਜਜ ਸਮਾਜ ਪਾਰਟੀ ਦੀ ਸਥਿਤੀ ਸਾਰਿਆਂ ਨੂੰ ਪਤਾ ਹੈ ਪਰ ਭਗਵੰਤ ਮਾਨ ਹੋਰਾਂ ਨੂੰ ਇੱਕ ਮੌਕਾ ਮਿਲਿਆ ਦੇਖੋ ਜੇ ਉਹ ਪੰਜਾਬ ਦੇ ਮੁੱਖ ਮੰਤਰੀ ਦੇ ਤੌਰ ਦੇ ਉੱਤੇ ਚੰਗਾ ਕੰਮ ਕਰਨ ਨਵੀਨ ਪਟਨਾਇਕ ਚੰਗਾ ਕੰਮ ਕਰਦੇ ਆ ਪਰ ਰਾਸ਼ਟਰੀ ਰਾਜਨੀਤੀ ਦੇ ਵਿੱਚ ਉਹਨਾਂ ਦੀ ਦਿਲਚਸਪੀ ਨਹੀਂ ਹੈ। ਇਹ ਬਿਲਕੁਲ ਕਲੀਅਰ ਗੱਲ ਹੈ। ਉਹ ਨਹੀਂ ਆਉਣਾ ਚਾਹੁੰਦੇ ਰਾਸ਼ਟਰੀ ਰਾਜਨੀਤੀ ਦੇ ਵਿੱਚ। ਉਹ ਸਿਰਫ ਆਪਣੇ ਸੂਬੇ ਤੇ ਫੋਕਸ ਕਰਦੇ ਆ। 21 ਲੋਕ ਸਭਾ ਦੀਆਂ ਸੀਟਾਂ ਤੇ 147 ਵਿਧਾਨ ਸਭਾ ਦੀਆਂ ਸੀਟਾਂ ਲੜ ਰਹੇ ਹੈ ਉਹ। ਬੀਜੂ ਜਨਤਾ ਪਾਲ ਦੇ ਬੈਨਰ ਦੇ ਹੇਠ। ਪਰ ਹੁਣ ਤੁਸੀਂ ਦੇਖੋ ਕਿ ਭਗਵੰਤ ਸਿੰਘ ਸਾਹਿਬ ਦੇ ਲਈ ਮੌਕਾ ਆਉਣ ਵਾਲੇ 1 ਮਹੀਨੇ ਦੇ ਵਿੱਚ ਅੱਧਾ ਸਮਾਂ ਉਹਨਾਂ ਦਾ ਪੰਜਾਬ ਚ ਅੱਧਾ ਬਾਹਰ ਹੈ। ਗੁਜਰਾਤ ਦੇ ਵਿੱਚ ਉਹਨਾਂ ਨੇ ਪ੍ਰਚਾਰ ਕਰਨਾ। ਹਰਿਆਣਾ 'ਚ ਉਹਨਾਂ ਨੇ ਪ੍ਰਚਾਰ ਕਰਨਾ ਦਿੱਲੀ 'ਚ ਉਹਨਾਂ ਨੇ ਪ੍ਰਚਾਰ ਕਰਨਾ ਚੰਡੀਗੜ੍ਹ 'ਚ ਉਹਨਾਂ ਨੇ ਪ੍ਰਚਾਰ ਕਰਨਾ ਤੇ ਜੇ ਕਿਤੇ ਪੰਜਾਬ ਤੋਂ ਬਾਹਰ ਇੰਡੀਆ ਗੱਠਜੁਟ ਦੀ ਰੈਲੀ ਹੁੰਦੀ ਹੈ ਤੇ ਆਮ ਨੂੰ ਰਿਪਰੈਜ਼ੈਂਟ ਕਰਨਾ ਤੇ ਉਹ ਭਗਵੰਤ ਮਾਨ ਹਰਾਂ ਨੇ ਕਰਨਾ ਕਿਉਂਕਿ ਸ਼ਾਇਦ ਇੱਕੋ ਇੱਕ ਹੀ ਲੀਡਰ ਨੇ ਜਿਹਨਾਂ ਦੇ ਉੱਤੇ ਕੋ ਬਹੁਤ ਵੱਡਾ ਪਰਚਾ ਪੁਰਚਾ ਹੈ ਨਹੀਂ ਬਾਕੀਆਂ ਦਾ ਨਾਮ ਨੂੰ ਤਾਂ ਕਿਤੇ ਨਾ ਕਿਤੇ ਬੋਲੀ ਜਾਂਦਾ ਚਾਹੀਓ ਦੋਸ਼ੀ ਨੇ ਚਾਹੀਓ ਬੇਦੋਸ਼ੇ ਨੇ ਹੁਣ ਦੁਰਗੇਸ਼ ਪਾਠਕ ਹੋਰੀ ਤੇ ਅਰਵਿੰਦ ਕੇਜਰੀਵਾਲ ਸਾਹਿਬ ਦੇ ਪੀਏ ਦਾ ਜਿਹੜਾ ਜ਼ਿਕਰ ਚੱਲਦਾ ਕਿ ਈਡੀ ਵਾਲਿਆਂ ਨੇ ਸੱਦ ਲਏ ਤੇ ਪੇਸ਼ ਵੀ ਦੋਨੋਂ ਹੋਏ ਨੇ ਅੱਗੇ ਗੱਲ ਅਰੇ ਉਹ ਤੇ ਦੇਖੋ ਜਦੋਂ ਆਪਾਂ ਇਹ ਗੱਲ ਕਰਦੇ ਆਂ ਵੀ ਕੇਜਰੀਵਾਲ ਹੁਰੀ ਅੰਦਰ ਨੇ ਤੇ ਆਮ ਆਦਮੀ ਪਾਰਟੀ ਬਾਹਰ ਉਹਦਾ ਰਾਜਨੀਤਿਕ ਤੌਰ ਦੇ ਉੱਪਰ ਵੀ ਕੋਈ ਨਾ ਕੋਈ ਜੋੜ ਤੋੜ ਕੱਢਣ ਦੀ ਕੋਸ਼ਿਸ਼ ਕਰ ਰਹੀ ਆ ਥੋੜਾ ਜਿਹਾ ਫਾਇਦਾ ਉਹਨਾਂ ਨੂੰ ਉਸ ਦਿਨ ਦਾ ਹੋਇਆ ਜਿਸ ਦਿਨ ਦੇ ਸੰਜੀਤ ਸੰਜੀਤ ਸਿੰਘ ਹੋਰਾਂ ਨੂੰ ਇੱਕ ਬੇਲ ਮਿਲੀ ਆ ਤੇ ਉਹ ਆਣ ਕੇ ਉਹਨਾਂ ਦੇ ਨਾਲ ਰਲੇ ਨੇ ਕਿਉਂਕਿ ਉਹ ਬੁਲਾਰੇ ਵੀ ਚੰਗੇ ਨੇ ਲੀਡਰ ਵੀ ਜਾਣ ਪਛਾਣ ਵਾਲੇ ਨੇ ਤੇ ਪਲੱਸ ਆਪਣੀ ਗੱਲ ਰੱਖ ਵੀ ਲੈਂਦੇ ਨੇ ਤੇ ਦੂਜੀ ਗੱਲ ਇਹ ਵੀ ਇਹ ਸਾਰਾ ਕੁਝ ਉਹ ਭੁਗਤ ਕੇ ਬਾਹਰ ਆਏ ਨੇ ਇਸ ਕਰਕੇ ਉਹ ਉਹਦੇ ਤੇ ਗੱਲ ਕਰ ਵੀ ਲੈਂਦੇ ਹਾਲਾਂਕਿ ਅਦਾਲਤ ਵੱਲੋਂ ਉਹਨਾਂ ਦੇ ਆਪਣੇ ਕੇਸ ਦੇ ਮਾਮਲੇ ਦੇ ਵਿੱਚ ਬੋਲਣ ਦੇ ਉੱਪਰ ਉਹਨਾਂ ਤੇ ਰੋਕਿਆ ਪਰ ਉਹ ਕੇਜਰੀਵਾਲ ਹੋਰਾਂ ਦੇ ਮਾਮਲੇ ਜਾਂ ਬਾਕੀ ਜਿਹੜਾ ਮਸਲਾ ਉਹਦੇ ਤੇ ਬੋਲ ਸਕਦੇ ਇਸ ਕਰਕੇ ਉਹ ਇਸ ਮਸਲੇ ਤੇ ਬੜਾ ਠੋਕ ਕੇ ਬੋਲਦੇ ਆ ਪਰ ਗੱਲ ਇਹ ਚੱਲਦੀ ਆ ਕਿ ਵੀ ਜੇ ਉਹ ਮੰਨ ਲਓ ਕੇਜਰੀਵਾਲ ਸਾਹਿਬ ਤਾਂ ਕਾਣ ਕੇ ਚੀਜ਼ ਰੁਕ ਜਾਣੀ ਸੀ ਤਾਂ ਫਿਰ ਤਾਂ ਹੋਰ ਕਿਸੇ ਨੂੰ ਨਾ ਕੋ ਸਾਹਮਣ ਆਉਣਾ ਚਾਹੀਦਾ ਸੀ ਨਾ ਪੁੱਛਕਿਛ ਹੋਣੀ ਚਾਹੀਦੀ ਸੀ ਹੁਣ ਤਾਂ ਸਗੋਂ ਇੱਕ ਗੱਲ ਹੋਣੀ ਚਾਹੀਦੀ ਸੀ ਵੀ ਆਹ ਦੇਖੋ ਜੀ ਵੱਡੇ ਤਿੰਨ ਲੀਡਰ ਫੜ ਲਏ ਉਸ ਤੋਂ ਬਾਅਦ ਹੁਣ ਉਹਦੇ ਤੇ ਜਾਂਚ ਪੜਤਾਲ ਹੋਊਗੀ ਫਿਰ ਅੱਗੇ ਜੋ ਆਊਗਾ ਸਾਹਮਣੇ ਦੱਸ ਦੇਾਂਗੇ ਪਰ ਉਹਦੇ ਤੋਂ ਬਾਅ ਈਡੀ ਵੱਲੋਂ ਗਾਂ ਸਮਣ ਤੁਰੇ ਜਾਂਦੇ ਨੇ ਦੁਰਗੇਸ਼ ਪਾਠਕੁਰੋਂ ਨੂੰ ਸਮਣ ਆਇਆ ਸੀ ਉਹਨਾਂ ਕੋਲੋਂ ਪੁੱਛ ਕੇ ਛੋਈ ਤੇ ਪੀਏ ਜਿਹੜੇ ਨੇ ਕੇਜਰੀਵਾਲ ਸਾਹਿਬ ਦੇ ਉਹਨਾਂ ਕੋਲੋਂ ਵੀ ਕਾਫੀ ਘੰਟੇ ਕਹਿੰਦੇ ਪੁੱਛਗਿਛ ਕੀਤੀ ਗਈ ਹੈ ਇਹਦੇ ਤੋਂ ਇਹ ਜਾਪਦਾ ਕਿ ਉਹ ਜਿਹੜਾ ਪੁੱਛਗਿਛ ਵਾਲਾ ਕੰਮ ਸੀਗਾ ਉਹ ਜੇ ਰੁਕਿਆ ਨਹੀਂ ਹਾਲਾਂਕਿ ਰਿਮਾਂਡ ਤੇ ਈਡੀ ਨੇ ਕੇਜਰੀਵਾਲ ਸਾਹਿਬ ਨੂੰ ਤਾਂ ਲਿਆ ਨਹੀਂ ਉਹ ਕਹਿੰਦੇ ਸਾਨੂੰ ਹੁਣ ਲੋੜ ਨਹੀਂ ਉਹ ਹੁਣ ਨਿਆਂਕ ਹਿਰਾਸਤ 'ਚ ਨੇ ਪਰ ਉਹਨਾਂ ਦੀ ਪਾਰਟੀ ਦੇ ਉਹਨਾਂ ਦੇ ਨਾਲ ਜੁੜੇ ਨਵੇਂ ਬੰਦਿਆਂ ਨੂੰ ਸਾਹਮਣ ਕਰਕੇ ਉਹਨਾਂ ਕੋਲੋਂ ਜੇ ਪੁੱਛ ਕੇ ਛਾੜਾ ਕੰਮ ਐਜ਼ ਇਟ ਇਜ਼ ਚੱਲ ਰਿਹਾ ਇਹਦਾ ਮਤਲਬ ਇਹ ਹੋ ਗਿਆ ਵੀ ਆਮ ਆਦਮੀ ਪਾਰਟੀ ਦੇ ਲਈ ਉਹ ਜਿਹੜੀ ਉਲਝਣਾਂ ਜਾਂ ਉਹ ਕਹਿੰਦੇ ਵੀ ਸਾਡੇ ਤੇ ਤਕਾ ਆ ਜਾਂ ਬੀਜੇਪੀ ਵਾਲੇ ਪਾਸੋਂ ਕਿਹਾ ਜਾਂਦਾ ਵੀ ਇਹ ਬਹੁਤ ਵੱਡਾ ਇਹਨਾਂ ਨੇ ਕਪੜਾ ਕੀਤਾ ਸੀ ਇਹਦਾ ਰਿਜ਼ਲਟ ਕੱਢ ਕੇ ਰਹਿਣਾ ਜੋ ਵੀ ਹੈ ਵੀ ਸੀਡੀ ਉਹ ਜਿਉਂ ਦਾ ਤਿਉਂ ਚੱਲ ਰਿਹਾ ਤੇ ਮੈਨੂੰ ਲੱਗਦਾ ਕਿ ਵੀ ਜੇ ਇਹ ਇੰਨੀ ਛੇਤੀ ਨਾ ਰੁਕਿਆ ਸਾਰਾ ਕੁਝ ਤੇ ਹੋ ਸਕਦਾ ਪਈ 2024 ਦੀਆਂ ਇਲੈਕਸ਼ਨਾਂ ਚੱਲਦੀਆਂ ਦੇ ਦੌਰਾਨ ਵੱਖ-ਵੱਖ ਸਟੇਟਾਂ ਦੇ ਵਿੱਚ ਫੇਜ਼ ਵਾਈਜ਼ ਜਿਹੜੀਆਂ ਇਲੈਕਸ਼ਨਾਂ ਨੇ ਉਹ ਹੁੰਦੀਆਂ ਜਾਣ ਤੇ ਲੀਡਰ ਜਿਹੜੇ ਨੇ ਉਹ ਉਹਨਾਂ ਨੂੰ ਅੱਗੇ ਤੋਂ ਅੱਗੇ ਸਾਮਣਾ ਆਉਂਦੇ ਜਾਣ ਤੇ ਉਹਨਾਂ ਦੀ ਪੁੱਛ ਕੇ ਚੱਲਦੀ ਰਵੇ ਚਰਚਾ ਦਿੱਲੀ ਦੀ ਤੁਸੀਂ ਕੀਤੀ ਹੈ ਪੰਜਾਬ ਤੋਂ ਆਪਾਂ ਸ਼ੁਰੂ ਕੀਤਾ ਤੇ ਵਿਚਾਲੇ ਇੱਕ ਸੂਬਾ ਪੈਂਦਾ ਉਹਨੂੰ ਹਰਿਆਣਾ ਕਹਿੰਦੇ ਆ। ਹਰਿਆਣੇ ਦੀ ਮੰਗ ਨਹੀਂ ਸੀ ਕਦੇ ਕਿਸੇ ਨੇ ਕੀਤੀ ਪੰਜਾਬੀ ਸੂਬੇ ਦੀ ਮੰਗੇ ਦੇ ਵਿੱਚੋਂ ਹਰਿਆਣਾ ਜੰਪਿਆ। ਚਲੋ ਤਰੱਕੀਆਂ ਕਰੇ ਵਧੇ ਫੁੱਲੇ ਪੰਜਾਬ ਦਾ ਛੁਟਾ ਭਰਾ ਅਸੀਂ ਤਾਂ ਕਹਿੰਨੇ ਆ ਕਿ ਜਿੰਨੀ ਤਰੱਕੀ ਕਰ ਸਕਦਾ ਕੋਈ ਉਨੀ ਕਰਨੀ ਚਾਹੀਦੀ ਹੈ। ਤੁਸੀਂ ਅੱਗੇ ਦੇਖੋ। ਅਚਾਨਕ ਇੱਕ ਚਰਚਾ ਚੱਲਦੀ ਹੈ ਕਿਉਂਕਿ ਹਰਿਆਣੇ ਨੇ ਇਤਕੀ ਹੈਰਾਨ ਕੀਤਾ। ਕਿਸੇ ਨੂੰ ਆਸ ਨਹੀਂ ਸੀ ਕਿ ਜੇਜੇਪੀ ਤੇ ਬੀਜੇਪੀ ਦਾ ਗੱਠਜੋੜ ਟੁੱਟ ਜਾਊਗਾ ਪਰ ਟੁੱਟ ਗਿਆ। ਕਿੰਨੇ ਕਿ ਲੋਕਾਂ ਨੂੰ ਆਸ ਸੀ ਕਿ ਉੱਥੇ ਕਾਂਗਰਸ ਤੇ ਆਮ ਆਦਮੀ ਪਾਰਟੀ ਘੱਟ ਜੁੜ ਕਰਕੇ ਚੋਣ ਲੜਨਗੇ ਪਰ ਲੜ ਰਹੇ ਆ ਹੁਣ ਤੀਸਰੇ ਪਾਸੇ ਕਿਸੇ ਨੂੰ ਆਸ ਸੀ ਕਿ ਮੁੱਖ ਮੰਤਰੀ ਰਹਿ ਚੁੱਕੇ ਮਨੂਰ لال ਖੱਟਰ ਸਾਹਿਬ ਨੂੰ ਲੋਕ ਸਭਾ ਦੀਆਂ ਚੋਣਾਂ ਤੋਂ 2 ਮਹੀਨੇ ਪਹਿਲਾਂ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਂਭੇ ਕਰਕੇ ਕਹਿਤਾ ਜਾਊਗਾ ਕਿ ਤੁਸੀਂ ਲੋਕ ਸਭਾ ਦੀ ਚੋਣ ਹੀ ਲੜ ਲਓ ਕਿਸੇ ਨੂੰ ਚੇਤਾ ਸੀ ਕਿ ਨਿਲਵਜ ਨੂੰ ਗ੍ਰਹਿ ਮੰਤਰੀ ਦੀ ਕੁਰਸੀ ਛੜਾ ਕੇ ਤਾਂ ਕਹਿਣਗੇ ਕਿ ਤੁਸੀਂ ਇੱਕ ਸਧਾਰਨ ਐਮਐਲਏ ਬਣ ਜਾਓ ਭਾਈ ਤੇ ਸਾਬਕਾ ਮੁੱਖ ਮੰਤਰੀ ਮਨੂਰ لال ਖੱਟਰ ਨੂੰ ਭਾਰਤੀ ਜਨਤਾ ਪਾਰਟੀ ਨੇ ਰੋਤਕ ਲੋਕ ਸਭਾ ਹਲਕੇ ਤੋਂ ਟਿਕਟ ਦੇ ਦਿੱਤੀ ਕਿ ਖੱਟਰ ਸਾਹਿਬ ਤੁਸੀਂ ਮੁੱਖ ਮੰਤਰੀ ਬਣੇ ਦੋ ਵਾਰ ਬਣੇ ਪੌਣੇ ਦੋ ਕਾਰਜਕਾਲ ਤੁਸੀਂ ਪੂਰੇ ਕਰਨੇ ਹੁਣ ਤੁਹਾਡੀ ਸਾਨੂੰ ਲੋਕ ਸਭਾ ਚ ਲੋੜ ਹੈ ਤੁਸੀਂ ਆ ਜਾਓ ਉਹ ਕਹਿੰਦੇ ਸਤਿਵੰਤ ਜੀ ਪਹਿਲਾਂ ਤੁਸੀਂ ਕਹਿਆ ਸੀ ਮੁੱਖ ਮੰਤਰੀ ਬਣ ਜਾਓ ਆਪਾਂ ਬਣ ਕੇ ਫਿਰ ਤੁਸੀਂ ਕਹਿਆ ਮੁੱਖ ਮੰਤਰੀ ਦਾ ਅਹੁਦਾ ਛੱਡ ਦਿਓ ਆਪਾਂ ਛੱਡਤਾ ਤੁਸੀਂ ਕਹਿਆ ਚੋਣ ਲੜੋ ਰੁਤਕ ਤੋਂ ਆਪਾਂ ਚੋਣ ਲੜ ਲੈਨੇ ਗੱਲ ਕਿਹੜੀ ਹੈ ਪਰ ਚਰਚਾ ਉਦੋਂ ਸਿਖਰ ਤੇ ਅਪੜ ਗਈ ਜਦੋਂ 24 ਘੰਟੇ ਪਹਿਲਾਂ ਅਚਾਨਕ ਸੋਸ਼ਲ ਮੀਡੀਆ ਦੇ ਉੱਤੇ ਗੱਲ ਉੱਠੀ ਕਿ ਕਾਂਗਰਸ ਪਾਰਟੀ ਰੋਤਕ ਲੋਕ ਸਭਾ ਹਲਕੇ ਤੋਂ ਸਾਬਕਾ ਮੁੱਖ ਮੰਤਰੀ ਮਨੋਹਰ لال ਖੱਟਰ ਹੋਰਾਂ ਦਾ ਮੁਕਾਬਲਾ ਕਰਨ ਦੇ ਲਈ ਫਿਲਮ ਸਟਾਰ ਸੰਜੇ দত্ত ਨੂੰ ਟਿਕਟ ਦੇ ਰਹੀ ਹੈ ਤੇ ਸੰਜੇ দত্ত ਦੀ ਰਾਜਨੀਤੀ ਕੋਈ ਨਵੀਂ ਨਹੀਂ ਉਹਨਾਂ ਦੇ ਪਿਤਾ ਜੀ ਸੁਨੀਲ দত্ত ਰਾਜਨੀਤੀ ਦੇ ਵਿੱਚ ਕਿਸ ਪੱਧਰ ਤੱਕ ਪਹੁੰਚੇ ਸੀ ਆਪਾਂ ਸਾਰਿਆਂ ਨੂੰ ਪਤਾ ਸੰਜੇ দত্ত ਦੀ ਭੈਣ ਪ੍ਰਿਆ দত্ত ਦਾ ਰਾਜਨੀਤੀ ਦੇ ਵਿੱਚ ਕੀ ਥਾਂ ਹੈ ਆਪਾਂ ਸਾਰਿਆਂ ਨੂੰ ਪਤਾ ਸੋ ਲੋਕ ਇਸ ਕਰਕੇ ਬਹੁਤ ਹੈਰਾਨੀ ਸੂਏ ਕਿ ਸੰਜੇ দত্ত ਰਾਜਨੀਤੀ ਚ ਜਾ ਸਕਦੇ ਆ ਉਹ ਇਸ ਕਰਕੇ ਹੈਰਾਨ ਸੀ ਕਿ ਅੱਛਾ ਹਰਿਆਣੇ ਉਹ ਅੱਛਾ ਸਾਬਕਾ ਮੁੱਖ ਮੰਤਰੀ ਮਨੋਹਰ لال ਖੱਟਰ ਦੇ ਖਿਲਾਫ ਮੁਕਾਬਲਾ ਬੜਾ ਫਸੂਕਾ ਵੀ ਕਿਉਂਕਿ ਸੰਜੇ ਦੱਤ ਨੂੰ ਦਹਾਕੇ ਹੋ ਗਏ ਅਗਲਾ ਬੰਦਾ ਫਿਲਮਾਂ ਦੇ ਵਿੱਚ ਜਿੰਨਾ ਪਹਿਲਾਂ ਪ੍ਰਵਾਨ ਸੀ ਉਨਾ ਹੀ ਮੇਰੇ ਖਿਆਲ ਨਾਲ ਅੱਜ ਪ੍ਰਵਾਨ ਹੈ ਪਰ ਜਦੋਂ 10 ਕ ਘੰਟੇ ਚਰਚਾ ਸਿਖਰ ਦੇ ਉੱਤੇ ਚੱਲੇ ਗਈ ਤਾਂ ਸੰਜੇ ਦੱਤ ਨੂੰ ਫਿਰ ਸਾਹਮਣੇ ਆਉਣਾ ਪਿਆ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਲਿਖ ਦਿੱਤਾ ਕਹਿੰਦੇ ਜੀ ਪਹਿਲੀ ਗੱਲ ਇਹ ਕਿ ਜੇ ਕਦੇ ਮੇਰਾ ਜੀ ਕੀਤਾ ਕਿ ਮੈਂ ਭਾਰਤ ਦੀ ਰਾਜਨੀਤੀ 'ਚ ਆਉਣਾ ਹੈ ਮੈਂ ਇਲੈਕਸ਼ਨ ਲੜਨੀ ਹੈ ਮੈਂ ਭਾਰਤ ਦੇ ਲੋਕੋ ਤੁਹਾਨੂੰ ਆਪ ਦੱਸੂਗਾ ਤੁਹਾਨੂੰ ਕਿਸੇ ਪਾਸੇੋਂ ਨਹੀਂ ਸੁਣਨ ਨੂੰ ਮਿਲੂਗਾ ਕਿ ਸੰਜੇ ਦਾ ਤਰਾਜਨੀਤੀ ਚਾਰਿਆ ਕਿ ਸੰਜੇ ਦਾ ਚੋਣ ਲੜ ਰਿਹਾ ਤੇ ਸੰਜੇ ਦਾ ਤਹਿ ਸੂਬੇ ਚੋਂ ਚੋਣ ਲੜ ਰਿਹਾ ਉਹ ਕਹਿੰਦੇ ਜੀ ਮੈਂ ਆਪ ਦੱਸੂਗਾ ਤੇ ਆ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਮੈਂ ਤੁਹਾਨੂੰ ਕਲੀਅਰ ਕਰ ਦੇਣਾ ਕਿ ਮੇਰਾ ਕੋਈ ਇਰਾਦਾ ਨਹੀਂ ਨਾ ਮੈਂ ਚੋਣ ਲੜਨ ਜਾ ਰਿਹਾ ਨਾ ਮੈਂ ਅਜੇ ਤੱਕ ਡਿਸਾਈਡ ਕੀਤਾ ਤੇ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਉਹ ਕਹਿੰਦੇ ਜੀ ਮੇਰਾ ਸਾਰੇ ਦਾ ਸਾਰਾ ਧਿਆਨ ਆਪਣੇ ਕੈਰੀਅਰ ਦੇ ਉੱਤੇ ਆ ਮੈਂ ਰਾਜਨੀਤੀ ਚ ਨਹੀਂ ਆਉਣਾ ਰੌਲੇ ਨਿਕਲੇ ਜਸੰਧਾਲੀਆ ਸਰ ਵੈਸਲੇ ਦਾ ਨੇ ਚੰਗੀ ਗੱਲ ਹੈ ਮੈਂ ਨਾਲ ਉਹਨੇ ਕਲੀਅਰ ਕਰਤਾ ਨਹੀਂ ਤੇ ਤੁਸੀਂ ਦੇਖੋ ਪਿਛਲੇ ਦਿਨੀ ਪੰਜਾਬ ਦੇ ਵਿੱਚ ਅਕਸ਼ੇ ਕੁਮਾਰ ਨੂੰ ਚੋਣ ਲੜਾਉਣ ਦੀ ਚਰਚਾ ਚੱਲੀ ਸੀ ਕ੍ਰਿਕਟਰ ਯੂਵਰਾਜ ਸਿੰਘ ਹੋਣਾ ਨੂੰ ਚੋਣ ਲੜਾਉਣ ਦੀ ਚਰਚਾ ਚੱਲੀ ਸੀ ਉਹਨਾਂ ਨੇ ਵੀ ਕੀਤਾ ਤਾਂ ਹੈ ਕਲੀਅਰ ਪਰ ਬਹੁਤ ਲੇਟ ਉਹਨਾਂ ਨੇ ਕਲੀਅਰ ਕੀਤਾ ਸੀ ਬਹੁਤ ਦਿਨੋਂ ਰੌਲਾ ਰੱਪਾ ਜਾਇ ਪੈਂਦਾ ਰਿਹਾ ਅਖੀਰ ਹੈ ਨਾ ਤੇ ਮੈਨੂੰ ਲੱਗਦਾ ਹੁੰਦਾ ਵੀ ਜਿਹੜੇ ਬੰਦੇ ਨੇ ਪੰਜਾਬ ਦਾ ਕਿਉਂਕਿ ਦੇਖੋ ਕਲਾਕਾਰ ਜਿਨ੍ਹਾਂ ਦੀ ਫੈਨ ਫਾਲੋਇੰਗ ਹੁੰਦੀ ਹੈ ਉਹਨਾਂ ਨੂੰ ਜਿੱਥੋਂ ਵੀ ਤੁਸੀਂ ਟਿਕਟ ਦੇ ਦਿਓ ਉਹਨਾਂ ਨੇ ਇੱਕ ਸੀਟ ਤਾਂ ਕੱਢ ਜਾਣੀ ਹੁੰਦੀ ਹੈ ਪਰ ਜੇ ਉਹਨਾਂ ਨੇ ਕਲੀਅਰ ਕਰ ਦਿੱਤਾ ਤੇ ਚੰਗੀ ਗੱਲ ਉਹਨਾਂ ਨੇ ਦੇਖਿਆ ਵੀ ਯਾਰ ਫਿਲਮਾਂ ਦਾ ਕੰਮ ਚੱਲਦਾ ਮੈਂ ਕਹਾਂ ਨੂੰ ਕਿਸੇ ਦੇ ਸਿਰ ਆਉਣਾ ਕਿਉਂਕਿ ਇੱਕ ਗੱਲ ਤੇ ਪੱਕੀ ਆ ਜਾਓ ਤੁਸੀਂ ਕੋਈ ਧਿਰ ਬਣ ਜਾਂਦੇ ਹੋ ਤੁਸੀਂ ਕਲਾਕਾਰ ਨਹੀਂ ਰਹਿੰਦੇ ਉਸ ਤੋਂ ਬਾਅਦ ਤੁਹਾਨੂੰ ਕੋਈ ਗੱਲਾਂ ਸੁਣਨੀਆਂ ਪੈਂਦੀਆਂ ਉਹਦੀ ਮੇਰੇ ਖਿਆਲ ਤਾਜੀ ਤੱਤੀ ਉਦਾਹਰਣ ਗੁਰਦਾਸਪੁਰ ਦੇ ਜਿਹੜੇ ਐਮਪੀ ਰਹੇ ਨੇ ਸਹਨੀ ਦੇਵਾਲ ਸਾਹਿਬ ਉਹਨਾਂ ਦਾ ਫਿਲਮ ਵਾਲਾ ਕੰਮ ਵਧੀਆ ਚੱਲੀ ਜਾਂਦਾ ਸੀ ਐਤਕਿਨ ਉਹਨਾਂ ਦੀ ਇੱਕ ਫਿਲਮ ਹੀ ਆ ਜਿਹੜੀ ਉਹ ਗਦਰ ਵਾਵਾ ਸਾਲ ਬਾਅਦ ਉਹਦਾ ਸੀਕਵਲ ਜ ਆਇਆ ਸੀ ਉਹ ਕਹਿੰਦੇ ਠੀਕ ਚੱਲ ਚੁਲ ਗਈ ਪਰ ਉਹਦੇ ਨਾਲ ਨਾਲ ਪੰਜਾਬ ਵਾਲੇ ਪਾਸਿਓਂ ਜਿਸ ਤਰ ਇਕੋ ਉੱਚੀ ਚਰਚਾ ਵੀ ਮਾਰੇ ਤੁਸੀਂ ਇੱਕ ਕੁਰਸੀ ਵੀ ਮਾਲਕੇ ਰੱਖੀ ਆ ਉੱਥੇ ਤੁਹਾਡੀ ਇੱਕ ਬਣਦੀ ਕਾਰਵਾਈ ਸੀ ਉਹ ਤੁਸੀਂ ਕੀਤੀ ਨਹੀਂ ਨਿਭਾਈ ਨਹੀਂ ਤੁਸੀਂ ਫਰਜ਼ ਨਹੀਂ ਨਿਭਾਇਆ ਉਹ ਨਾਲ ਨਾਲ ਸੁਣਨਾ ਪੈਂਦਾ ਸੋ ਕਲਾਕਾਰ ਦੇ ਤੌਰ ਤੇ ਮਨ ਲੱਗਦਾ ਹੁੰਦਾ ਵੀ ਬੰਦਾ ਸਾਂਝਾ ਹੁੰਦਾ ਤੇ ਜਦੋਂ ਉਹ ਕਿਸੇ ਪੋਲੀਟੀਕਲ ਪਾਰਟੀ ਵਾਲੇ ਪਾਸੇ ਧਿਰ ਬਣ ਜਾਂਦਾ ਤੇ ਫਿਰ ਬਣੀ ਧਿਰ ਦੇ ਵਿੱਚ ਤੇ ਉਹ ਪਾਰਟੀ ਦਾ ਕਰਕੇ ਉਹਨੂੰ ਬਾਕੀਆਂ ਦੇ ਮਿਹਣੇ ਵੀ ਸੁਣਨੇ ਪੈਂਦੇ ਤੇ ਜੇ ਕਿਤੇ ਲੋਕ ਉਹਦੇ ਤੋਂ ਨਾ ਖੁਸ਼ ਹੋਣ ਫਿਰ ਥੋੜਾ ਜਿਹਾ ਕਮ ਡਬਲ ਹੋ ਜਾਂਦਾ ਚੰਗਾ ਕੀਤਾ ਮੈਂ ਨਾਲ ਸੰਜੀਦਾ ਤੁਰਾ ਕਹਿਤਾ ਵੀ ਵੀਰ ਮੇਰਾ ਜਦ ਦਿਨ ਲੋੜ ਹੋ ਆਪਾਂ ਦੱਸ ਦਿਆਂਗੇ ਅਜੀ ਆਪਾਂ ਗਾਹਕ ਨਹੀਂ ਹੈਗੇ ਇਨੀਕ ਬੇਨਤੀ ਮੈਂ ਜਰੂਰ ਕਰਾਂ ਵੀ ਤੁਸੀਂ ਇਸ ਪ੍ਰੋਗਰਾਮ ਨੂੰ ਰੋਜ਼ ਦੇਖਦੇ ਹੋ ਜੇ YouTube ਤੇ ਦੇਖਦੇ ਹੋ ਤਾਂ ਟਿੱਪਣੀ ਜਰੂਰ ਕਰਿਆ ਕਰੋ ਸ਼ੇਅਰ ਕਰਿਆ ਕਰੋ ਅੱਗੇ ਉਹ ਲਾਈਕ ਵਾਲਾ ਬਟਨ ਜਰੂਰ ਦਬਦਿਆ ਕਰੋ ਬਾਦਸਾਬ ਵੇਲਾ ਮੁੱਕ ਗਿਆ ਜੀ ਚਲੀ ਹੁਣ ਆਪਾਂ ਮਹਾਰਾਜ ਬਸ ਮੈਂ ਜਾਂਦੇ ਜਾਂਦੇ ਇੱਕੋ ਗੱਲ ਕਹਿਣੀ ਆ ਠੀਕ ਹੈ ਸੰਜੇਦਰਤ ਨੇ ਫੈਸਲਾ ਕਰ ਲਿਆ ਵਧੀਆ ਜਦੋਂ ਕਦੇ ਸੰਜੇਦਰਤ ਤੇ ਸਨੀ ਦਿਉਲ ਸਾਹਿਬ ਇਕੱਠੇ ਬੈਠਿਆ ਕਰਨਗੇ ਤਾਂ ਉਹ ਪੁੱਛੇਗਾ ਕਿ ਭਾ ਸਨੀ ਕੱਲ ਨਹੀਂ ਨਜ਼ਰ ਆਇਆ ਉਹ ਕਹਿਣਗੇ ਯਾਰ ਕੱਲ ਉਹ ਪੈਨਸ਼ਨ ਲੈਣ ਗਿਆ ਸੀ ਐਮਪੀ ਰਿਆਣਾ ਮੈਂ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਲੋ ਜੀ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਫੀਡਬੈਕ ਤੁਸੀਂ ਆਪਣੀ ਭੇਜ ਦਿਦਾ ਕਰੋ ਦੇਖਦੇ ਰਹਿਣਾ ਪ੍ਰਾਈਮੇਅਰ ਸ਼ਾਹ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ